ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਰਦਾਰ ਹਰਦੇਵਾਲ ਸਿੰਘ ਕਰਿਆਲਾ ਸ਼ਾਮਲ ਨੇ ਅੱਜ ਦੀ ਗੱਲਬਾਤ ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਮਨੁੱਖੀ ਅਧਿਕਾਰਾਂ ਦੇ ਪੰਜਾਬ ਦੇ ਵਿੱਚ ਹੋਏ ਕਾਹਨ ਬਾਰੇ ਜੂਝ ਧਿਆਨ ਸ਼ਹੀਦੀ ਹੋਈ ਮੈਂ ਪਹਿਲਾ ਸਵਾਲ ਤੁਹਾਨੂੰ ਪ੍ਰਥਮ ਰੂਪ ਚ ਇਹ ਪੁੱਛਣਾ ਚਾਹੁੰਦਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾਂ ਨਾਲ ਤੁਹਾਡਾ ਨਾਤਾ ਕਿਵੇਂ ਜੁੜਿਆ ਜਦੋਂ ਮੈਂ ਖਾਲਸਾ ਕਾਲਜ ਪੜ੍ਹ ਰਿਹਾ ਸੀ ਤੇ ਹਰਗ빈ਦ ਹੋਸਟਲ 'ਚ ਰਹਿੰਦਾ ਸੀ ਮੈਂ ਮੇਰੇ ਇੱਕ ਦੋਸਤ ਸੀ ਗੁਰਪ੍ਰਜਨ ਸਿੰਘ ਝੜਕ ਪਿੰਡ ਦੇ ਪੰਜ ਕਰਾਇੰਦੇ ਉਹ ਕਿਉਂਕਿ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਸਰਗਰਮ ਸੀ ਤੇ ਮੇਰੇ ਨਾਲ ਉਹਨਾਂ ਦੀ ਬੜੀ ਦੋਸਤੀ ਸੀ ਸਾਡੇ ਕਮਰੇ ਜਿਹੜੇ ਬਿਲਕੁਲ ਲਾਗੋ ਲੱਗੇ ਸੀ ਉਹ ਗੁਰਪ੍ਰਜਨ ਸਿੰਘ ਦੇ ਨਾਲ ਜਦੋਂ ਖਾਲੜਾ ਸਾਹਿਬ ਦਾ ਆਉਣਾ ਜਾਣਾ ਸੀ ਤੇ ਮੇਰੇ ਬਾਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹਦਾ ਪਿੰਡ ਕਰਿਆਲਾ ਹੈ ਤੇ ਖਾਲੜਾ ਸਾਹਿਬ ਫਿਰ ਮੇਰੇ ਨਾਲ ਵੀ ਲਗਾਤਾਰ ਵਿਚਰਨ ਲੱਗ ਪਏ ਜਦੋਂ ਵੀ ਕਿਤੇ ਉਹਨਾਂ ਨੇ ਆਉਣਾ ਸਾਡੇ ਕੋਲ ਕਈ ਵਾਰੀ ਆਣ ਕੇ ਰਾਤਾਂ ਬਤੀ ਰਹਿਣਾ ਤੇ ਇਹੀ ਵਸ ਸਮਾਜ ਸੁਧਾਰਨ ਬਾਰੇ ਉਹ ਉਹਨਾਂ ਨੇ ਗੱਲਾਂ ਕਰਨੀਆਂ ਬੇਸ਼ੱਕ ਉਦੋਂ ਇਹ ਉਹ ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ ਦੇ ਪਲੇਟਫਾਰਮ ਤੋਂ ਆਪਣੀ ਲੜਾਈ ਲੜ ਰਿਆ ਸੀ ਉਹ ਵੀ ਬੱਸ ਸਮਝ ਲਓ ਵੀ ਮਨੁੱਖੀ ਹੱਕਾਂ ਦੀ ਗਰੀਬ ਲੋਕਾਂ ਦੀ ਗੱਲ ਕਰਨੀ ਤੱਕਿਆਂ ਦੀ ਗੱਲ ਕਰਨੀ ਵੀ ਜਿੱਥੇ-ਜਿੱਥੇ ਵੀ ਆਮ ਸਟੇਟਾਂ ਦੇ ਨਾਲ ਤੱਕੇ ਹੁੰਦੇ ਆ ਇਹ ਕਿਹੜੀ ਸਨ ਦੀ ਗੱਲ ਹੈ ਇਹ ਕੋਈ ਪਹਿਲਾਂ ਸ਼ੁਰੂਆਤ ਆ ਜਿਹੜੀ ਮੇਰੀ ਮਿਲਣੀ ਉਹਨਾਂ ਦੇ ਨਾਲ ਉਹ ਤਾਂ ਹੋਈ ਆ ਸਨ 90-80 ਦੇ ਵਿੱਚ ਜੀ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਦੇ ਨਾਲ ਲਗਾਤਾਰ ਵਿਚਰੇ ਆ ਫਿਰ ਜਦੋਂ ਨਾਸੀ ਅਸੀ ਦੇ ਵਿੱਚ ਤਾਂ ਉਸ ਟਾਈਮ ਦੇ ਉੱਪਰ ਕਿਉਂਕਿ ਨੌਜਵਾਨ ਸਭਾ ਜਿਹੜੀ ਖਾਲਸਾ ਸਾਹਿਬ ਨੇ ਚਲਾਈ ਸੀ ਮਹਿਮ ਪਹਿਲੀ ਉਹ ਤਾਂ ਉਸ ਟਾਈਮ ਦੇ ਉੱਪਰ ਖਤਮ ਹੋ ਚੁੱਕੀ ਸੀ ਪਰ ਉਸ ਚੇਰ ਖਾਲਸਾ ਸਾਹਿਬ ਬਿਨਾਂ ਕਿਸੇ ਪਾਰਟੀ ਤੋਂ ਵਿਚਰੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇੰਟਰਨੈਸ਼ਨਲਿਸਟ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਬਕਾਇਦਾ ਜੁਆਇਨ ਨਹੀਂ ਕੀਤੀ ਉਦੋਂ ਫਿਰ ਲਗਾਤਾਰ ਇਹਨਾਂ ਨੇ ਪੰਜਾਬ ਮਸਲੇ ਦੇ ਹੱਲ ਬਾਰੇ ਹਰ ਪਲੇਟਫਾਰਮ ਦੇ ਉੱਪਰ ਗੱਲ ਕੀਤੀ ਪੀ ਜਿਹੜੀਆਂ ਧਿਰਾਂ ਪੰਜਾਬ ਦੇ ਮਸਲੇ ਦੇ ਉੱਤੇ ਲੜ ਰਹੀਆਂ ਨੇ ਉਹਨਾਂ ਦੇ ਨਾਲ ਇਹਨਾਂ ਦੀ ਸੋਚ ਹੀ ਸੀ ਕਿ ਇਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਸਰਕਾਰ ਨੂੰ ਤੇ ਜੋ ਵੀ ਇੱਥੇ ਮਾਹੌਲ ਵਿਗੜਿਆ ਉਹਦਾ ਸ਼ਾਂਤਮਈ ਹੱਲ ਤਾਂ ਹੋ ਸਕਦਾ ਹੈ ਵੀ ਜਿਹੜੀਆਂ ਧਿਰਾਂ ਲੜਦੀਆਂ ਪਈਆਂ ਨੇ ਸਰਕਾਰ ਦੇ ਨਾਲ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਕਿਉਂਕਿ ਸਰਕਾਰ ਨੇ ਤਾਂ ਜਿਹੜੇ ਅਮਨ ਸ਼ਾਂਤੀ ਵਾਲੇ ਸਾਰੇ ਰਸਤੇ ਬੰਦ ਹੀ ਕਰ ਦਿੱਤੇ ਸੀ ਉਸ ਟਾਈਮ ਦੇ ਉੱਪਰ ਖਾਲੜਾ ਸਾਹਿਬ ਹਰ ਪਲੇਟਫਾਰਮ ਦੇ ਉੱਪਰ ਇੱਕ ਵਾਰੀ ਮੈਨੂੰ ਯਾਦ ਆ ਕਿ ਖੇਮ ਕਰਨ ਉਸ ਸਮੇਂ ਦੇ ਗਵਰਨਰ ਆਏ ਤੇ ਉਹਨਾਂ ਨੇ ਬਕਾਇਦਾ ਕਾਨਫਰੰਸ ਕੀਤੀ ਤੇ ਕੁਦਰਤੀ ਖਾਲੜਾ ਸਾਹਿਬ ਨੂੰ ਵੀ ਕਿਉਂਕਿ ਬਾਰਡਰ ਬੈਲਟ ਦੇ ਉਸ ਟਾਈਮ ਦੇ ਉੱਪਰ ਮਸਲਿਆਂ ਦੀ ਗੱਲ ਕਰ ਰਹੇ ਸੀ ਗਵਰਨਰ ਜੀ ਖਾਲੜਾ ਸਾਹਿਬ ਦਾ ਪਿੰਡ ਕਿਉਂਕਿ ਕੁਦਰਤੀ ਹੈ ਵੀ ਇਹ ਬਾਰਡਰ ਦੇ ਉੱਪਰ ਇੰਡੋਪਾਕ ਬਾਰਡਰ ਦੇ ਨਾਲ ਹੀ ਇਖਾਰਾ ਸਾਹਿਬ ਨੂੰ ਜਦੋਂ ਉੱਥੇ ਸਟੇਟ ਤੋਂ ਮੌਕਾ ਮਿਲਿਆ ਤੇ ਇਹਨਾਂ ਨੇ ਵੀ ਇਹੋ ਗੱਲ ਕੀਤੀ ਵੀ ਜਿਹੜੀ ਪੰਜਾਬ ਸਮੱਸਿਆ ਦਾ ਹੱਲ ਆ ਉਹ ਇਹ ਹੀ ਆ ਵੀ ਇੱਥੇ ਜਿਹੜੀਆਂ ਲੜ ਰਹੀਆਂ ਧਿਰਾਂ ਨੇ ਉਹਨਾਂ ਦੇ ਨਾਲ ਗੱਲ ਕਰਕੇ ਤਾਂ ਸ਼ਾਂਤਮਈ ਮਾਹੌਲ ਆ ਸਕਦਾ ਹੈ ਤੇ ਉਸ ਟਾਈਮ ਤੇ ਜਿਹੜੇ ਗਵਰਨਰ ਸੀ ਉਹਨਾਂ ਨੇ ਵੀ ਬਿਲਕੁਲ ਹਾਮੀ ਭਰੀ ਵੀ ਜੋ ਜਸਵੰਤ ਸਿੰਘ ਖਾਲੜਾ ਕਹਿ ਰਹੇ ਨੇ ਇਹ ਬਿਲਕੁਲ ਸਹੀ ਆ ਗੱਲ ਗੱਲਬਾਤ ਕਰਨ ਦੇ ਹਾਮੀ ਤਾਂ ਬਾਬਾ ਮਾਣੂ ਚੱਲ ਵੀ ਸਨ ਤੁਹਾਡੇ ਧਿਆਨ ਸ਼ਾਇਦ ਇਹ ਵੀ ਹੋਊਗਾ ਹਾਂਜੀ ਹਾਂਜੀ ਉਹ ਵੀ ਇਹ ਚਾਹੁੰਦੇ ਸਨ ਕਿ ਗੱਲਬਾਤ ਦਾ ਵੀ ਦੌਰ ਜਿਹੜਾ ਚਲਾਇਆ ਜਾਣਾ ਚਾਹੀਦਾ ਹਾਂਜੀ ਹਾਂਜੀ ਆਪਾਂ ਗੱਲ ਕਰੀ ਲੋਕਾਂ ਦੀ ਮਹਿਮਾ ਹੁੰਦੀਆਂ ਬਸ਼ਰਤੇ ਜਿਹੜੇ ਜਾਰੂ ਸਨ ਦਰਬਾਰ ਸਾਹਿਬ ਤੇ ਹਮਲਾ ਹੋਇਆ ਪੰਜਾਬ ਦੇ ਸਿੱਖ ਨੌਜਵਾਨੀ ਨੂੰ ਹਥਿਆਰਬੰਦ ਕੋਲ ਚ ਪਹਿਣਾ ਪਿਆ ਸਮੇਂ ਦੀ ਮੰਗ ਜਾਪੀ ਤਾਂ ਉਹ ਇਸ ਪਾਸੇ ਤੁਰ ਪਏ ਸਰਕਾਰ ਦੇ ਤਸ਼ੱਦਦ ਨੇ ਉਹਨਾਂ ਨੂੰ ਇਸ ਪਾਸੇ ਤੋਰਿਆ ਜਾਂ ਹਾਲਾਤਾਂ ਨੇ ਇਹੋ ਜੀ ਕਾੜਤ ਲਈ ਕੋਈ ਅਜਿਹੀਆਂ ਘਟਨਾਵਾਂ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਜਦੋਂ ਤੁਹਾਨੂੰ ਐ ਲੱਗਾ ਹੋਵੇ ਕਿ ਇਹ ਜਿਹੜੀ ਮੂਵਮੈਂਟ ਆ ਖਾਲੜਾ ਸਾਹਿਬ ਨੇ ਸ਼ੁਰੂ ਕੀਤੀ ਬਸ਼ਰਤੇ ਉਹਨਾਂ ਨੇ ਲਵਾਰਸਲਾ ਸ਼ਾਨ ਦਾ ਜਿਹੜਾ ਸੱਚ ਆ ਸਾਰੇ ਸੰਸਾਰ ਦੇ ਸਾਹਮਣੇ ਲਿਆਂਦਾ ਸਾਰੇ ਆਪਾਂ ਜਾਣਦੇ ਆ ਇਸ ਤੋਂ ਇਲਾਵਾ ਕੋਈ ਘਟਨਾ ਜਾਂ ਘਟਨਾਵਾਂ ਤੁਹਾਨੂੰ ਚੇਤੇ ਹੋਣ ਉਹਦੇ ਵਿੱਚ ਇੱਕ ਘਟਨਾ ਸਾਡੇ ਪਿੰਡ ਦੀ ਆ ਕਰਿਆਲਾ ਪਿੰਡ ਆ ਮੇਰਾ ਪੱਟੀ ਤਹਿਸੀਲ ਉਸ ਟਾਈਮ ਤੇ ਜਿਲ੍ਹਾ ਅਮਰਸਰ ਸੀ ਜੀ ਜਦੋਂ CRP ਆਮ ਪਿੰਡਾਂ ਦੇ ਸਕੂਲਾਂ ਦੇ ਵਿੱਚ ਬੈਠੀ ਸੀ ਤੇ ਹੈ ਤਾਂ CRP ਦਾ ਜਾਂ ਪੁਲਿਸ ਚੌਕੀ ਲੜਕੀਆਂ ਦੇ ਸਕੂਲ 'ਚ ਬਹਿਣਾ ਵੀ ਗਲਤ ਆ ਪਰ ਜਦੋਂ ਸਾਡੇ ਕਰਿਆਲੇ ਪਿੰਡ ਦੇ ਵਿੱਚ ਲੜਕੀਆਂ ਦੇ ਸਕੂਲ 'ਚ CRP ਤੇ ਪੁਲਿਸ ਦੀ ਬਕਾਇਦਾ ਚੌਕੀ ਸੀ ਤੇ ਉੱਥੇ ਪੁਲਿਸ ਵਾਲੇ ਜਾਂ CRP ਵਾਲੇ ਜਿਹੜੀਆਂ ਲੜਕੀਆਂ ਦੇ ਘਰ ਦੇ ਚਾਚੇ, ਤਾਏ, ਉਹਨਾਂ ਦੇ ਭਰਾ, ਦਾਦੇ ਉਹਨਾਂ ਨੂੰ ਲਿਆ ਕੇ ਫੜ ਕੇ ਤੇ ਇੰਟਰੋਗੇਟ ਕਰਦੇ ਸੀ ਲੜਕੀਆਂ ਦੇ ਸਾਹਮਣੇ ਸਕੂਲ ਟਾਈਮ ਤੇ ਗਰਾਊਂਡ ਦੇ ਵਿੱਚ ਛਰਿਆਮ ਆ। ਉੱਥੇ ਫਿਰ ਜਦੋਂ ਅਸੀਂ ਗੱਲ ਇਹ ਖਾਲੜਾ ਸਾਹਿਬ ਨਾਲ ਕੀਤੀ ਤੇ ਖਾਲੜਾ ਸਾਹਿਬ ਨੇ ਕਿਹਾ ਸੀ ਵੀ ਇਹ ਤਾਂ ਛਰਿਆਮ ਇੱਕ ਗੈਰਕਾਨੂੰਨੀ ਕੰਮ ਹੋ ਰਿਹਾ ਹੈ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਵੀ ਜਿਹੜੀ ਸਾਨੂੰ ਇਸ ਗੱਲ ਤੋਂ ਸਾਡੇ ਇਹਦੇ ਵਿੱਚ ਵੀ ਕਾਮਯਾਬੀ ਨਾ ਹੋਵੇ। ਖਾਲੜਾ ਸਾਹਿਬ ਨੇ ਜਦੋਂ ਸਾਨੂੰ ਇਹ ਸਲਾਹ ਦਿੱਤੀ ਅਸੀਂ ਫਿਰ ਕੰਧਾਂ ਦੇ ਉੱਪਰ ਇਸ਼ਤਿਹਾਰ ਲਾਏ। ਬਿਕਰੇਆਲਾ ਲੜਕੀਆਂ ਦੇ ਸਕੂਲ ਦੇ ਵਿੱਚੋਂ ਸੀਆਰਪੀ ਕੱਢੀ ਜਾਵੇ ਪੁਲਿਸ ਚੌਕੀ ਠਾਈ ਜਾਵੇ ਤੇ ਉਸ ਤੋਂ ਬਾਅਦ ਫਿਰ ਉਸ ਟਾਈਮ ਦਾ ਜਿਹੜਾ ਅਮਰਸਰ ਦਾ ਡੀਸੀ ਤੇ ਐਸਐਸਪੀ ਉਹਨਾਂ ਨੇ ਸਾਡੀ ਟੀਮ ਨੂੰ ਸੱਦ ਕੇ ਤੇ ਬਕਾਇਦਾ ਉੱਥੇ ਇਹ ਗੱਲ ਕੀਤੀ ਵੀ ਅਸੀਂ ਸੀਆਰਪੀ ਨੂੰ ਇੱਥੋਂ ਸਕੂਲ ਚੋਂ ਕੱਢ ਦਿੰਨੇ ਆ ਲੱਗੇ ਕੋਈ ਉੱਥੇ ਲੰਗਰ ਹਾਲ ਸੀ ਸਾਡੇ ਧਾਰਮਿਕ ਜਗ੍ਹਾ ਦਾ ਤੇ ਉੱਥੇ ਡੀਸੀ ਤੇ ਐਸਐਸਪੀ ਕਹਿ ਰਹੇ ਵੀ ਅਸੀਂ ਉਸ ਲੰਗਰ ਹਾਲ ਦੇ ਵਿੱਚ ਰੱਖ ਲੈਨੇ ਆ ਜਦੋਂ ਇਹ ਗੱਲ ਅਸੀਂ ਖਾਲੜਾ ਸਾਹਿਬ ਨੂੰ ਦੱਸੀ ਤੇ ਖਾਲੜਾ ਸਾਹਿਬ ਕਹਿੰਦੇ ਵੀ ਬਿਲਕੁਲ ਸਹੀ ਆ ਆਪਾਂ ਤਾਂ ਲੜਕੀਆਂ ਦੇ ਸਕੂਲ ਚੋਂ ਕੱਢਣੀ ਆ ਜਿੱਥੇ ਮਰਜੀ ਸੀਆਰਪੀ ਬਹਿ ਜਾਏ ਪੁਲਿਸ ਬਹਿ ਜਾਏ ਸਾਨੂੰ ਉਹਦੇ ਨਾਲ ਕੋਈ ਵਸਤਾ ਨਹੀਂ ਉਸ ਤੋਂ ਬਾਅਦ ਫਿਰ ਸਮਝੌਤਾ ਹੋਇਆ ਵੀ ਸੀਆਰਪੀ ਉੱਥੋਂ ਨਿਕਲੇਗੀ ਜਦੋਂ ਸੀਆਰਪੀ ਤੇ ਪੁਲਿਸ ਉੱਥੋਂ ਸਕੂਲ ਕੰਪਲੈਕਸ ਦੇ ਵਿੱਚੋਂ ਖਾਲੀ ਕੀਤਾ ਬਾਅਦ ਦੇ ਵਿੱਚ ਫਿਰ ਅਸੀਂ ਉੱਥੇ ਖੰਡਪਾਟ ਸਾਹਿਬ ਤਰਾ ਕੇ ਬਕਾਇਦਾ ਭੋਗ ਵਾਲੇ ਦਿਨ ਇੱਕ ਉਥੇ ਹਡਮਾਸਟਰ ਸੀ ਜਿਹੜੇ ਗੁਰਬਖਸ਼ ਰਾਏ ਪੱਟੀ ਦੇ ਅਜੇ ਵੀ ਜਿੰਦਾ ਨੇ ਉਹ ਵੀ ਸਗੋ ਜਦੋਂ ਸਾਨੂੰ ਮਿਲਦੇ ਸੀ ਕਹਿੰਦੇ ਸੀ ਵੀ ਅਸੀਂ ਇੰਨੇ ਦੁਖੀ ਆ ਦੇਖੋ ਉਹ ਗੁਰਬਖਸ਼ ਰਾਏ ਖੁਦ Hindu ਸੀ ਉਹ ਕਹਿੰਦੇ ਸੀ ਵੀ ਇਹੋ ਜਾਂ ਘਟੀਆਂ ਕੰਮ ਸਾਡੇ ਸ਼ਰਮ ਸਾਹਮਣੇ ਲੜਕੀਆਂ ਜਿਹੜੀਆਂ ਨੌਜਵਾਨ ਨੇ ਫਿਰ ਲੇਡੀ ਸਟਾਫ ਆ ਸਕੂਲ ਜਿਹੜੇ ਅਧਿਆਪਕਾਂ ਸਾਰੇ ਉਹ ਸਾਹਮਣੇ ਦੇਖ ਰਹੇ ਹੁੰਦੇ ਆ। ਸ਼ਸ਼ਦਤ ਦਾ ਅਰਥ ਇਹ ਆ ਕਿ ਕੀ ਚੁੱਕ ਕੇ ਲਿਆਦੇ ਹੋਏ ਬੰਦਿਆਂ ਨੂੰ ਨਿਰਵਸਤਰ ਕੀਤਾ ਜਾਂਦਾ ਸੀ। ਹਾਂ ਹਾਂ ਸਾਰਾ ਕੁਝ ਵੀ 3 ਡਿਗਰੀ ਜਿਹੜਾ ਜੋ ਵੀ ਉਸ ਟਾਈਮ ਤੇ ਟਾਰਚਰ ਕਰਦੇ ਸੀ ਪੁਲਿਸ ਸੀਆਰਪੀ ਲਈ ਸਾਰੇ ਆਮ ਸੀ। ਉਹ ਫਿਰ ਜਿਹੜੇ ਗੁਰਬਖਸ਼ ਰਾਏ ਹਡਮਾਸਟਰ ਉਹ ਵੀ ਸਾਨੂੰ ਕਹਿੰਦੇ ਸੀ ਵੀ ਇਹ ਤਾਂ ਬਹੁਤ ਔਖਾ ਕੰਮ ਹੈ ਇੱਥੇ ਤਾਂ ਪੜਾਉਣਾ ਸਾਨੂੰ ਔਖਾ ਹੈ। ਜਦੋਂ ਉਹਦੇ 'ਚ ਸਾਨੂੰ ਕਾਮਯਾਬੀ ਮਿਲੀ ਤੇ ਜਿਸ ਦਿਨੇ ਫਿਰ ਅਸੀਂ ਉਹ ਬਕਾਇਦਾ ਸਕੂਲ ਤੋਂ ਸੀਆਰਪੀ ਖਾਲੀ ਹੋਈ ਅਸੀਂ ਉੱਥੇ ਜਿਹੜੇ ਸ੍ਰੀ ਖੰਡਪਾਟ ਸਾਹਿਬ ਦੇ ਭੋਗ ਪਾਏ ਉਸ ਤੋਂ ਬਾਅਦ ਜਦੋਂ ਭੋਗ ਦੇ ਵਿੱਚ ਭੋਗ ਤੋਂ ਸਮਾਪਤੀ ਤੋਂ ਬਾਅਦ ਖਾਲੜਾ ਸਾਹਿਬ ਨੇ ਜੋ ਲੈਕਚਰ ਕੀਤਾ ਖਾਲੜਾ ਸਾਹਿਬ ਦਾ ਜਿਹੜਾ ਲੈਕਚਰ ਸੀ ਉਹ ਰਿਕਾਰਡ ਨਹੀਂ ਹੋ ਸਕਿਆ ਉਦੋਂ ਕਿਉਂਕਿ ਉਦੋਂ ਇਹਨੇ ਸਾਧਨ ਨਹੀਂ ਸੀ ਹੈਗੇ ਇਹ ਕਿਹੜੀ ਸਾਲ ਦੀ ਗੱਲ ਆ ਇਹ ਕੋਈ 87 88 99 ਦੇ ਦਰਮਿਆਨ ਆ ਮੈਨੂੰ ਅੱਜੈਕਟ ਨਹੀਂ ਆ ਹਾਂ ਕੋਈ 88 ਦੇ ਦਰਮਿਆਨ ਦੇ ਵਿੱਚ ਆ ਪੰਜਾਬ 'ਚ ਜਦੋਂ ਐਮਰਜੈਂਸੀ ਹਾਲਟ ਸੀ ਇਹ ਪੂਰੀ ਵੀ ਸਮਝ ਲਓ ਵੀ ਜੰਗ ਲੱਗੀ ਸੀ ਕਿਸਮ ਦੀ ਜੀ ਤੇ ਉਦੋਂ ਫਿਰ ਖਾਲੜਾ ਸਾਹਿਬ ਨੇ ਜਿਹੜੀ ਸਟੇਜ ਤੋਂ ਗੱਲ ਬੋਲੀ ਇੱਕ ਖਾਸ ਗੱਲ ਆ ਵੀ ਖਾਲੜਾ ਸਾਹਿਬ ਸਟੇਜ ਤੋਂ ਬੋਲ ਰਹੇ ਸੀ ਵੀ ਸੀਆਰਪੀ ਵਾਲੇ ਇਹ ਕਹਿੰਦੇ ਸੀ ਵੀ ਜਸਵੰਤ ਸਿੰਘ ਖਾਲੜਾ ਦੀ ਇੱਥੇ ਕੋਈ ਲੜਕੀ ਨਹੀਂ ਪੜਦੀ ਤੇ ਇਹ ਕਿਉਂ ਪੰਗਾ ਲੈ ਰਿਆ ਖਾਲੜਾ ਸਾਹਿਬ ਨੇ ਸਟੇਜ ਦੇ ਉੱਤੇ ਸ਼ਰਿਆਮ ਬੋਲਿਆ ਵੀ ਦਰੁਪਤੀ ਕ੍ਰਿਸ਼ਨ ਦੀ ਕੀ ਲੱਗਦੀ ਸੀ ਦੇਖੋ ਇਹ ਕਿੰਨੀ ਵੱਡੀ ਗੱਲ ਸੀ ਸੀਆਰਪੀ ਦੀ ਹੁਣ ਉਸ ਤੋਂ ਬਾਅਦ ਅਦਾਲਤਾਂ ਵੀ ਇਹੀ ਕਹਿੰਦੀਆਂ ਰਹੀਆਂ ਖਾਲੜਾ ਸਾਹਿਬ ਨੂੰ ਜਦੋਂ ਹਾਈ ਕੋਰਟ ਗਏ ਅਦਾਲਤਾਂ ਖਾਲੜਾ ਸਾਹਿਬ ਤੇ ਅਦਾਲਤਾਂ ਕਹਿੰਦੀਆਂ ਸੀ ਵੀ ਖਾਲੜਾ ਸਾਹਿਬ ਦਾ ਕਿਹੜਾ ਕੋਈ ਪਰਿਵਾਰ ਦਾ ਮੈਂਬਰ ਕੋਲਾਪਤਾ ਹੋਇਆ ਆਸੀਂ ਕਾਨੂੰਨੀ ਕਾਰਵਾਈ ਹੁਣ ਅਦਾਲਤਾਂ ਦੀ ਜਦੋਂ ਬਾਅਦ ਦੇ ਵਿੱਚ ਤੇ ਉਸ ਪਹਿਲਾਂ CRP ਦੇ CRP ਦੇ ਤਾਂ ਮੰਨ ਦੇ ਵਿੱਚ ਐ ਜ਼ਹਿਰ ਭਰਿਆ ਪਿਆ ਸੀ ਉਸ ਟਾਈਮ ਤੇ ਸਿੱਖਾਂ ਪ੍ਰਤੀ ਇਹ ਖੋਦ ਅਸੀਂ ਦੇਖਿਆ ਸਿੱਖਾਂ ਪ੍ਰਤੀ ਵੀ ਤੇ ਉਸ ਗੱਲ ਦੇ ਵਿੱਚ ਆਉਣ ਵਾਲੇ ਆਗੂ ਦੇ ਪ੍ਰਤੀ ਹਾਂਜੀ ਹਾਂਜੀ ਉਹ ਤਾਂ ਕੁਦਰਤੀ ਹੀ ਵੀ ਜਿਹੜਾ ਉਹ ਖਾਲੜਾ ਸਾਹਿਬ ਤਾਂ ਇੱਕ ਮਨੁੱਖੀ ਹੱਕਾਂ ਦੇ ਪਲੇਟਫਾਰਮ ਤੋਂ ਗੱਲ ਕਰ ਰਹੇ ਸੀ ਕਿ ਜੇ ਤੁਸੀਂ ਇੰਟਰੋਗੇਟ ਕਰਨਾ ਹੈ ਜੋ ਵੀ ਕਰਨਾ ਉਹ ਤੁਹਾਡਾ ਮਸਲਾ ਸਟੇਟ ਦਾ ਤੇ ਲੋਕਾਂ ਦਾ ਪਰ ਉਹਨੂੰ ਇਹੋ ਜੀ ਜਗ੍ਹਾ ਦੇ ਉੱਪਰ ਤੁਸੀਂ ਕਰੋ ਉਹ ਵੀ ਕਿਉਂ ਬੱਚੇ ਨੇ ਛੋਟੇ ਛੋਟੇ ਉਹਨਾਂ ਦੇ ਮਨ ਦੇ ਉੱਤੇ ਕੀ ਅਸਰ ਪਵੇਗਾ ਫਿਰ ਉਹ ਲੜਕੀਆਂ ਨੇ ਹਾਲੜਾ ਸਾਹਿਬ ਤਾਂ ਇਹ ਵੀ ਕਹਿੰਦੇ ਸੀ ਵੀ ਲੜਕੀਆਂ ਦੇ ਸਕੂਲ 'ਚ ਵੀ ਨਹੀਂ ਸੀ ਆਰਪੀ ਤੇ ਪੁਲਿਸ ਨਹੀਂ ਬਹਿ ਸਕਦੀ ਤੇ ਇਹ ਤਾਂ ਬਿਲਕੁਲ ਹੀ ਗੈਰਕਾਨੂੰਨੀ ਸੀ ਭਾਰਤ ਸਰਕਾਰ ਦੀ ਸਮਝ ਲਓ ਜਦੋਂ ਖਾਲੜਾ ਸਾਹਿਬ ਨੇ ਇਸ ਤਰ੍ਹਾਂ ਦੀ ਮੁਹਿੰਮ ਉਲੀਕੀ ਤੁਸੀਂ ਦੱਸਿਆ ਕਿ ਉਹਨਾਂ ਨੇ ਕੰਧਾਂ ਦੇ ਉੱਤੇ ਇਸ਼ਤਿਹਾਰ ਲਵਾਏ ਕਿ ਇਸ ਸਕੂਲ ਨੂੰ ਖਾਲੀ ਕਰ ਦਿਓ ਹਾਂਜੀ ਹਾਂਜੀ ਉਸ ਇਸ਼ਤਿਹਾਰ ਦੀ ਮੁਹਿੰਮ ਤੋਂ ਸ਼ੁਰੂ ਹੋ ਕੇ ਸ੍ਰੀ ਕਨਫਰਡ ਸਾਬ ਜਦੋਂ ਆਖਰ ਤੇ ਸਮਾਪਤੀ ਹੋਈ ਆ ਉਹ ਕਿੰਨਾ ਕੁ ਸਮਾਂ ਲੱਗਾ ਸਟਰਗਲ ਕਿੰਨਾ ਚਿਰ ਚੱਲਿਆ ਇਹ ਕੋਈ ਜ਼ਿਆਦਾ ਨਹੀਂ ਸਿਰਫ ਹਫ਼ਤਾ ਹਫ਼ਤੇ ਤੱਕ ਹੀ ਅੱਛਾ ਵੀ ਸੀਆਰਪੀ ਨੂੰ ਸੀਆਰਪੀ ਕੀ ਵੀ ਪੰਜਾਬ ਦੇ ਪ੍ਰਸ਼ਾਸਨ ਨੂੰ ਇੱਕ ਦਮ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਕੀ ਬਣ ਗਿਆ ਵੀ ਕਿਵੇਂ ਲੋਕ ਜਾ ਕਿਵੇਂ ਪਏ ਲੋਕ ਇਕੱਠੇ ਹੋ ਗਏ ਹਾਂ ਇਕੱਠੇ ਅਸੀਂ ਇਹ ਲੜਕੀਆਂ ਦਾ ਉਸ ਟਾਈਮ ਤੇ ਜਿੱਦੇ ਸਾਧਨ ਸੀ ਲੜਕੀਆਂ ਦਾ ਸਾਰਾ ਸਕੂਲ ਟਰੱਕ ਦੇ ਵਿੱਚ ਪਰਕੇ ਤੇ ਲੜਕੀਆਂ ਨੇ ਐਸ ਡੀ ਐਮ ਦਫ਼ਤਰ ਵੀ ਧਰਨਾ ਦਿੱਤਾ ਤਾਂ ਜਾ ਕੇ ਜਿਹੜਾ ਪੁਲਿਸ ਆਪਣਾ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਉਸ ਟਾਈਮ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਉਹਨਾਂ ਨੂੰ ਇਹ ਗੱਲ ਤੋਂ ਮੰਨਣੇ ਪਏ ਖਾਲੜਾ ਸਾਹਿਬ ਦੀ ਗੱਲ ਵੀ ਲੜਕੀਆਂ ਦੇ ਸਕੂਲ ਦੇ ਵਿੱਚੋਂ ਤਾਂ ਘਟੋ ਘਟ ਸੀ ਆਰ ਪੀ ਕੱਢੀ ਜਾਵੇ ਇੱਕ ਮੈਂ ਪੁਰਾਣਾ ਪੈਂਫਲੇਟ ਪੜਿਆ ਖਾਲੜਾ ਮਿਸ਼ਨ ਵੱਲੋਂ ਛਾਪਿਆ ਹੋਇਆ ਛੇ ਤੋਂ ਦੁਬਾਰਾ ਗੱਲ ਛਾਪੀ ਹੋਈ ਆ ਕਿ ਜਦੋਂ ਨਕਸਲਵਾਦੀ ਦੌਰ ਸੀ ਉਸ ਸਮੇਂ ਵੀ ਖਾਲੜਾ ਸਾਹਿਬ ਨੇ ਥਾਣੇ ਦੀ ਕੰਧ ਤੇ ਚੜ ਕੇ ਇੱਕ ਤਸ਼ੱਦਦ ਹੋ ਰਹੇ ਨੌਜਵਾਨ ਨੂੰ ਬਚਾਇਆ ਸੀ ਹਾਂਜੀ ਹਾਂਜੀ ਬਿਲਕੁਲ ਉਸ ਘਟਨਾ ਬਾਰੇ ਤਾਂ ਮੈਨੂੰ ਇਹਨਾਂ ਪਤਾ ਨਹੀਂ ਪਰ ਜਦੋਂ ਮੇਰਾ ਸੰਪਰਕ ਹੋਇਆ ਖਾਲੜਾ ਸਾਹਿਬ ਦੇ ਨਾਲ ਉਸ ਟਾਈਮ ਦੇ ਉੱਪਰ ਜਿਹੜਾ ਦੋ ਸਨ 68 67 68 ਦੇ ਵਿੱਚ ਇਹਦੀ ਮੂਵਮੈਂਟ ਚੱਲੀ ਜੀ ਉਸ ਮੂਮੈਂਟ ਦੀ ਹਮਾਇਤ ਦੇ ਵਿੱਚ ਜਾਂ ਜੋ ਤਸ਼ੱਦਦ ਉਦੋਂ ਪੁਲਿਸ ਕਰ ਰਹੀ ਸੀ ਉਹ ਜਸਵੰਤ ਸਿੰਘ ਸੰਧੂ VPO ਖਾਲੜਾ ਜ਼ਿਲ੍ਹਾ ਅਮਰਸਰ ਦੇ ਨਾਂ ਦੇ ਉੱਤੇ ਇੱਕ ਪੈਂਫਲਟ ਖੁਦ ਮੈਂ ਵੇਖਿਆ ਵੀ ਉਹ ਖਾਲੜਾ ਸਾਹਿਬ ਦੇ ਉਸ ਟਾਈਮ ਤੇ ਉਮਰ ਜੋ ਮੇਰਾ ਅੰਦਾਜ਼ਾ ਹੈ ਵੀ ਮਸਾਂ 15-16 ਸਾਲ ਹੋਣੀ ਆ ਤੇ ਜਸਵੰਤ ਸਿੰਘ ਸੰਧੂ VPO ਖਾਲੜਾ ਦੇ ਨਾਂ ਦਾ ਉਹ ਪੈਂਫਲਟ ਕਿਤੇ ਮੇਰੇ ਤੋਂ ਗੁੰਮ ਹੋ ਗਿਆ ਹੋ ਸਕਦਾ ਕਿਤੇ ਲੱਭ ਵੀ ਜਾਂਦਾ ਹੋਵੇ ਕਦੋਂ ਤੱਕ ਤੁਹਾਡੇ ਕੋਲ ਉਹ ਦਸਤਾਵੇਜ਼ ਸੰਭਿਆ ਰਿਹਾ ਉਹ ਹੋ ਸਕਦਾ ਹੈ ਜੇ ਵੀ ਕਿਤੇ ਫਾਈਲਾਂ ਦੇ ਵਿੱਚ ਹੋਵੇ ਪਰ ਉਹ ਲੱਭਣਾ ਔਖਾ ਟਾਈਮ ਲਾਇਆ ਲੱਭ ਸਕਦਾ ਉਹ ਮਤਲਬ ਉਹ 18 ਸਾਲ ਦੀ ਉਮਰ ਤੋਂ ਪਹਿਲਾਂ ਵੀ ਕਰ ਰਿਹਾ ਸੀ ਹਾਂ ਹਾਂ ਉਦੋਂ ਪਹਿਲਾਂ ਮੈਂ ਤਾਂ ਖੁਦ ਹੈਰਾਨ ਸੀ ਕਿ ਇਹ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਪੇਪਰ ਛਾਪਿਆ ਗਿਆ ਤੇ ਜਿਹੜੀ ਵੀ ਸੰਸਥਾ ਨੇ ਪੇਪਰ ਉਸ ਟਾਈਮ ਤੇ ਛਾਪਿਆ ਕਿਉਂਕਿ ਉਸ ਟਾਈਮ ਦੇ ਉੱਤੇ ਵੀ ਜਿਹੜੀਆਂ ਵੀ ਉਦੋਂ ਸਟਰਗਲ ਜਿਹੜਾ ਹੋ ਰਿਹਾ ਸੀ ਉਹ ਵੀ ਲੋਕਾਂ ਦੇ ਭਲੇ ਵਾਸਤੇ ਸੀ ਬੇਸ਼ੱਕ ਉਸ ਟਾਈਮ ਦੇ ਵੀ ਕਾਲੀ ਸਰਕਾਰ ਜਦੋਂ ਆਈ ਤੇ ਪ੍ਰਕਾਸ਼ ਸਿੰਘ ਬਾਦਲ ਨੇ ਬਾਬੂ ਜੀ ਆ ਸਿੰਘ ਦਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਕੀਤਾ ਇਹ ਵੀ ਜਸਟਿਸ ਅਜੀਤ ਸਿੰਘ ਮੈਂਸ ਉਹ ਵੀ ਦੱਸਦੇ ਰਹਿੰਦੇ ਖਾਲੜਾ ਸਾਹਿਬ ਵੀ ਸਾਨੂੰ ਇਹੀ ਕਹਿੰਦੇ ਸੀ ਵੀ ਇਹ ਜਿਹੜਾ ਇੱਕੋ ਆਮ ਸ਼ਬਦ ਵਰਤੇ ਹੁੰਦੇ ਸੀ ਵੀ ਜਿਹੜੀ ਭਾਰਤੀ ਸਟੇਟ ਦਾ ਖਾਸਾ ਹਿੰਦੂਵਾਦੀ ਆ ਉਹ ਤੋਂ ਸਾਨੂੰ ਨਹੀਂ ਪਤਾ ਹੁੰਦਾ ਵੀ ਇਹ ਖਾਲੜਾ ਸਾਹਿਬ ਕੀ ਕਰ ਰਿਹਾ ਜਾਂ ਮੇਰੀ ਸੋਚ ਉਦੋਂ ਛੋਟੀ ਸੀ ਹੁਣ ਤਾਂ ਜਦੋਂ ਖੁਦ ਦੇਖ ਰਹੇ ਆ ਭਾਵੇਂ ਖਾਲੜਾ ਸਾਹਿਬ ਨਹੀਂ ਹੈਗੇ ਹੁਣ ਪਰ ਉਹ ਐਂ ਲੱਗਦਾ ਵੀ ਜੋ ਉਦੋਂ ਗੱਲ ਬੋਲਦੀ ਸੀ ਉਹ ਅੱਜ ਸਰੇ ਆਮ ਹੀ ਪ੍ਰਤੱਖ ਹੋ ਗਈ ਆ ਪੀ ਭਾਰਤੀ ਸਟੇਟ ਦਾ ਖਾਸਾ ਜਿਹੜਾ ਹੈ ਉਹ ਕਟ ਗਿਣਤੀਆਂ ਦੇ ਵਿਰੋਧੀ ਆ ਹਾਂਜੀ ਅੱਛਾ ਆਪਾਂ ਹੁਣ ਗੱਲ ਆਈਏ ਜੋ ਦੌਰ 90ਵਿਆਂ ਦੇ ਵਿੱਚ ਚੱਲਿਆ ਸਿੱਖਾਂ ਦੇ ਪੁੱਤਾਂ ਨੂੰ ਘਰਾਂ ਚੋਂ ਬੱਸਾਂ ਚੋਂ ਲਾ ਲਾ ਕੇ ਕਿਤੇ ਵੀ ਗ੍ਰਿਫਤਾਰ ਕਰਕੇ ਤਸ਼ੱਦਦ ਟਾਇਆ ਗਿਆ ਖਤਮ ਕਰ ਦਿੱਤਾ ਗਿਆ ਲਾਸ਼ਾਂ ਨਹੀਂ ਦਿੱਤੀਆਂ ਗਈਆਂ ਲਵਾਰਸ ਕਹਿ ਕੇ ਸਾੜ ਦਿੱਤੀਆਂ ਗਈਆਂ ਹਾਂਜੀ ਹਾਂਜੀ ਇਸ ਦੌਰ ਬਾਰੇ ਕਿਆ ਜਾਂਦਾ ਕਿ ਖਾਲੜਾ ਸਾਹਿਬ ਬਹੁਤ ਗੰਭੀਰ ਹੋ ਗਏ ਹਾਂਜੀ ਬੜੇ ਗੰਭੀਰ ਹੋ ਕੇ ਸੰਘਰਸ਼ ਨਾਲ ਤਾਂ ਚਾਹੇ ਉਹ ਪਹਿਲਾਂ ਵੀ ਜੁੜੇ ਹੋਏ ਸਨ ਹਾਂਜੀ ਹਾਂਜੀ ਉਹਨਾਂ ਤੁਹਾਡੇ ਨਾਲ ਕਿ ਜੇ ਅਜੇ ਹੀ ਗੱਲ ਕੀਤੀ ਕਿ ਮੈਂ ਇਸ ਤਰ੍ਹਾਂ ਡਾਟਾ ਇਕੱਠਾ ਕਰ ਰਿਹਾ ਹਾਂ ਮੈਂ ਇੱਥੇ ਕੰਮ ਕਰ ਰਿਹਾ ਹਾਂ ਕੋਈ ਉਸ ਸਮੇਂ ਦੀ ਯਾਦ ਦੱਸੋ ਉਹ ਯਾਦ ਕੀ ਵੀ ਉਹ ਤਾਂ ਸਾਨੂੰ ਖੁਦ ਨਾਲ ਜਿਤਨਾ ਹੁਣ ਪੱਟੀ ਮੇਰੀ ਉਹਦਾ ਡਿਊਟੀ ਸੀ ਬਾਗਬਾਨੀ ਦਫ਼ਤਰ ਚ ਮੇਰੀ ਡਿਊਟੀ ਸੀ ਉਸ ਟਾਈਮ ਤੇ ਪੱਟੀ ਉਹ ਤਾਂ ਮੇਰੇ ਕੋਲ ਵੀ ਆਣ ਕੇ ਲਗਾਤਾਰ ਕਹਿਣਾ ਵੀ ਆਪਾਂ ਪੱਟੀ ਹਸਪਤਾਲ ਚ ਜਾਣਾ ਚਾਰ ਸਤੰਬਰ ਨੂੰ ਉਹ ਮੇਰੇ ਦਫ਼ਤਰ ਆਏ ਸਿਰਫ 2 ਮਿੰਟ ਬੈਠੇ ਕਹਿੰਦੇ ਵੀ ਮੈਂ ਕਿਹਾ ਵੀ ਆਪਾਂ ਇੰਨੀ ਕਾਲੀ ਕਿਉਂ ਆ 4 ਸਤੰਬਰ 1995 ਨੂੰ ਜੀ 4 ਸਤੰਬਰ ਨੂੰ ਪੱਟੀ ਬਾਗਬਾਨੀ ਦਫ਼ਤਰ ਮੇਰੇ ਕੋਲ ਆਏ ਤੇ ਮੈਂ ਕਿਹਾ ਵੀ ਕੋਈ ਚਾਹ ਪਾਣੀ ਪੀਣੇ ਆ ਕੋਈ ਗੱਲਬਾਤ ਕਰਦੇ ਆ ਕਹਿੰਦੇ ਵੀ ਬੜੀ ਛੇਤੀ ਆ 6 ਤਰੀਕ ਨੂੰ ਤੁਹਾਡੇ ਕੋਲ ਸਵੇਰੇ 9 10 ਵਜੇ ਆ ਜਾਣਾ ਤੇ ਉਦੋਂ ਸਾਨੂੰ ਨਾਲ ਲੈ ਕੇ ਅਸੀਂ ਵੀ ਨਾਲ ਕੋਈ ਜਾਣਾ ਹੀ ਪੈਣਾ ਹੁੰਦਾ ਸੀ ਤੇ ਸਾਰਾ ਕੁਝ ਜਦੋਂ ਦੱਸਦੇ ਸੀ ਪੱਟੀ ਦੀਵੇਂ ਸ਼ਮਸ਼ਾਨ ਘਾਟਾਂ ਦੇ ਵਿੱਚ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਉੱਥੇ ਜਿਹੜਾ ਪੱਟੀ ਸ਼ਮਸ਼ਾਨ ਘਾਟ ਦਾ ਇੰਚਾਰਜ ਸੀ ਉਸ ਟਾਈਮ ਤੇ ਉਹ ਸੇਵਾਦਾਰ ਕਹਿ ਲੋ ਜਾਂ ਇੰਚਾਰਜ ਕਹਿ ਲੋ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਤੇ ਉਹ ਖੜਾ ਸਾਹਿਬ ਨੂੰ ਫਿਰ ਉਹਨਾਂ ਨੇ ਦੱਸਿਆ ਵੀ ਇੱਥੇ ਕੋਈ ਲਾਸ਼ਾਂ ਦਾ ਕੋ ਹਿਸਾਬ ਕਿਤਾਬ ਨਹੀਂ ਵੀ ਕਿੰਨੀਆਂ ਆਉਂਦੀਆਂ ਸੀ ਅਸੀਂ ਤਾਂ ਬਾਲਣ ਦੇਣੇ ਸਾਂ ਬਾਲਣ ਵੀ ਥੋੜਾ ਕਈ ਵਾਰੀ ਪੁਲਿਸ ਵਾਲੇ ਲੈਂਦੇ ਸੀ ਵੀ ਪੈਸੇ ਦੀ ਵਜ੍ਹਾ ਤੇ ਕੋ ਹੋ ਜੇ ਜਾਂ ਮਿਊਨਿਸਪਲ ਕਮੇਟੀ ਵੀ ਥੋੜਾ ਦੇਂਦੀ ਸੀ ਬਾਲਣ ਉੱਤੇ ਕਈ ਵਾਰੀ ਮਿੱਟੀ ਦਾ ਤੇਲ ਪਾਉਣਾ ਤੇ ਅੱਧ ਅੱਧ ਸੜੀਆਂ ਲਾਸ਼ਾਂ ਨੂੰ ਕੁੱਤੇ ਵੀ ਘਸੀਟ ਦੇ ਰਹੇ ਹੁੰਦੇ ਸੀ ਇਹ ਵੀ ਜਦੋਂ ਖਾਲੜਾ ਸਾਹਿਬ ਦੇ ਨਾਲ ਅਸੀਂ ਗਏ ਤੇ ਉਹ ਸਾਰੀਆਂ ਗੱਲਾਂ ਸੁਣੀਆਂ ਖੋਲਦਾ ਸੀ ਪੱਟੀ ਫਿਰ ਇੱਕ ਸਰਕਾਰੀ ਡਾਕਟਰ ਸੀ ਉਹ ਟਾਈਮ ਤੇ ਮੈਨੂੰ ਨਾਂ ਨਹੀਂ ਯਾਦ ਉਹਦਾ ਖਾਲੜਾ ਸਾਹਿਬ ਉਹਦੇ ਕੋਲ ਵੀ ਅਸੀਂ ਜਦੋਂ ਸਾਰੇ ਗਏ ਉਹਨੇ ਉਸ ਡਾਕਟਰ ਨੇ ਖਾਲੜਾ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਰਜਿਸਟਰੀ ਇਹਨਾਂ ਨੂੰ ਦਿੱਤਾ ਵੀ ਆ ਲੋ ਇਹਦੀ ਫੋਟੋਕਾਪੀ ਕਰਵਾ ਲਓ ਵੀ ਜਦੋਂ ਸਾਡੇ ਕੋਲ ਪੁਲਿਸ 10 10 15 15 ਲਾਸ਼ਾਂ ਲੈ ਕੇ ਆਉਂਦੀ ਹੈ ਤੇ ਉਹਦੇ ਚ ਪੋਸਟਮਾਰਟਮ ਦਾ ਇੱਕ ਹਰਜੀ ਜੋ ਰਿਪੋਰਟ ਕੀਤੀ ਜਾਂਦੀ ਸੀ ਆਪਣਾ ਹਸਪੀਟਲ ਵੱਲੋਂ ਉਹਦੇ ਵਿੱਚ ਵੀ ਸਾਰਾ ਕੁਝ ਲਿਖਦੇ ਸੀ ਵੀ ਇੰਨੀਆਂ ਲਾਸ਼ਾਂ ਆਈਆਂ ਉਹਨਾਂ ਦਾ ਜੋ ਆਹ ਹਾਂ ਉਹ ਸਾਰਾ ਕੁਝ ਉਹਦੇ ਵਿੱਚ ਵੀ ਲਿਖਿਆ ਹੁੰਦਾ ਸੀ ਉਹ ਪਤਾ ਨਹੀਂ ਹੁਣ ਪਿਓ ਰਜਿਸਟਰ ਇਸ ਟਾਈਮ ਤੇ ਕਿਦਾਂ ਆਪਾਂ ਨੂੰ ਲੱਭ ਸਕਦਾ ਜਾਂ ਪੁਲਿਸ ਵਾਲਾ ਹਾਂ 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 ਜੀ ਜੀ ਉਹੀ ਜੋ ਹਸਪਤਾਲਾਂ ਦੇ ਵਿੱਚ ਖਾਸ ਕਰਕੇ ਪੱਟੀ ਦਾ ਤਾਂ ਮੈਨੂੰ ਖੁਦ ਚੇਤਾ ਪੱਟੀ ਹਸਪਤਾਲ ਦੇ ਵਿੱਚ ਜੋ ਰਜਿਸਟਰ ਸੀ ਉਸੇ ਤਰ੍ਹਾਂ ਹੀ ਪੱਟੀ ਸ਼ਮਸ਼ਾਨ ਘਾਟ ਦੇ ਵਿੱਚ ਰਜਿਸਟਰ ਮੈਨੂੰ ਫਿਰ ਮੈਂ ਦੁਬਾਰਾ ਤੁਹਾਡੇ ਕੋਲੋਂ ਦੁਹਰਾ ਚਾਹੁੰਦਾ 6 ਨੰਬਰ ਨੂੰ ਨਾ ਨੂੰ ਚੁੱਕ ਲਿਆ ਗਿਆ 6 ਨੂੰ ਤੁਹਾਡੇ ਕੋਲ ਆਉਣਾ ਚਾਉਂਦੇ ਸੀ ਹਾਂਜੀ ਹਾਂਜੀ ਪੱਟੀ ਪੱਟੀ ਦਾ ਸਾਰੇ ਇਲਾਕੇ ਦਾ ਦੌਰਾਂ ਸੀ ਉਹਨਾਂ ਦਾ ਕਿਉਂਕਿ ਅਸੀਂ ਤਾਂ ਉਸ ਟਾਈਮ ਦੇ ਉੱਪਰ ਜਿਤਨਾ ਮੇਰੇ ਕੋਲ ਜਜਦੀ ਮੋਟਰਸਾਈਕਲ ਸੀ ਖਾਲੜਾ ਸਾਹਿਬ ਦੇ ਕੋਲ ਸਕੂਟਰ ਸੀ ਅਸੀਂ ਆਪਣੇ ਇੰਨਾ ਸਾਧਨਾਂ ਤੇ ਜਾਣਾ ਸੀ ਕਿ ਜਦੋਂ ਵੀ ਪਹਿਲਾਂ ਉਸ ਤੋਂ ਪਹਿਲਾਂ ਇਹਨਾਂ ਨੇ ਬਾਰਡਰ ਦੇ ਮਸਲੇ ਦੇ ਉੱਪਰ ਦੇਖੋ ਹੁਣ ਤਾਂ ਬਾਅਦ ਦੇ ਵਿੱਚ ਕਈ ਜਥੇਬੰਦੀਆਂ ਨੇ ਹੋਰ ਮੋਰਚੇ ਲਾਏ ਬਾਰਡਰ ਦੇ ਕਿਸਾਨਾਂ ਬਾਰੇ ਜਦੋਂ ਕੰਡੇਦਾਰ ਤਾਰ ਲੱਗੀ ਆ ਖਾਲੜਾ ਸਾਹਿਬ ਦਾ ਕਿਉਂਕਿ ਖੇਤ ਖੁਦ ਕੰਡੇਦਾਰ ਤਾਰ ਦੇ ਲੱਗੇ ਸੀ 1988 ਚ ਉਤੋਂ ਵੀ ਪਹਿਲਾਂ ਜੀ ਇਹ ਕੋਈ 87 86 ਦੀ ਗੱਲ ਸਮਝ ਲੋ ਤੁਸੀਂ ਤੇ ਜਦੋਂ ਖਾਲੜਾ ਸਾਹਿਬ ਨੇ ਦੇਖਣਾ ਵੀ ਖਾਸ ਕਰਕੇ ਔਰਤਾਂ ਜਦੋਂ ਖੇਤਾਂ ਦੇ ਵਿੱਚ ਰੋਟੀ ਲੈ ਕੇ ਜਾਂਦੀਆਂ ਨੇ ਖੇਤ 'ਚ ਕੰਮ ਕਰਨ ਵਾਲੇ ਆਪਦੇ ਮੈਂਬਰਾਂ ਦੀਆਂ ਜਾਂ ਦਿਹਾੜੀਦਾਰਾਂ ਦੀਆਂ ਤੇ ਲੱਸੀ ਜਿਹੜੀ ਬੀਐਸਐਫ ਵਾਲੇ ਬਾਲਟੀ ਦੇ ਵਿੱਚ ਜਾਂ ਚਾਟੀ ਦੇ ਵਿੱਚ ਲੱਸੀ ਪਾਈ ਹੁੰਦੀ ਸੀ ਜਿਹੜੀ ਖੇਤਾਂ 'ਚ ਲੈ ਕੇ ਜਾਂਦੀ ਸੀ ਬੀਬੀਆਂ ਉਸ ਲੱਸੀ ਦੇ ਵਿੱਚ ਬੀਐਸਐਫ ਵਾਲੇ ਇੱਕ ਡੰਡਾ ਫੇਰਦੇ ਸੀ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਸੀ ਵੀ ਬਿਲਕੁਲ ਚੈੱਕ ਹੋ ਗਿਆ ਤੁਹਾਡੇ ਲੱਸੀ ਦੇ ਵਿੱਚ ਕੁਝ ਨਹੀਂ ਤੇ ਖਰੜਾ ਸਾਹਿਬ ਫਿਰ ਸਟੇਜਾਂ ਤੇ ਗੱਲ ਬੋਲਦੀ ਸੀ ਵੀ ਉਹ ਲੱਸੀ ਪੀਣ ਯੋਗ ਹੀ ਨਹੀਂ ਰਹਿ ਜਾਂਦੀ ਵੀ ਜਿਹਦੇ ਵਿੱਚ ਦੂਜਾ ਬੰਦਾ ਵਿੱਚ ਕੋਈ ਹੱਥ ਫੇਰ ਦੇਵੇ ਡੰਡਾ ਫੇਰ ਦੇਵੇ ਇੰਨਾ ਜ਼ਿਆਦਾ ਪੁਲਿਸ ਵਾਲੇ ਆ ਬੀਐਸਐਫ ਵਾਲੇ ਜਾਂ ਜਿਹੜੇ ਉੱਥੇ ਬਾਰਡਰ ਦੇ ਉੱਤੇ ਜਿੰਨਾਂ ਦੀ ਡਿਊਟੀ ਕਹਿ ਲਓ ਸੁਰੱਖਿਆ ਫੋਰਸਾਂ ਜੇ ਅੱਜ ਕਿਤੇ ਗੱਲ ਕਹੀ ਜਾਵੇ ਕਸ਼ਮੀਰ ਦੇ ਵਿੱਚ ਮਸਲੇ ਤੇ ਪਲਵਾਮਾ ਹਮਲੇ ਤੇ ਕੋਈ ਗੱਪਾਂ ਗੱਲ ਕਰਦੇ ਆ ਜਦੋਂ ਉਦੋਂ ਖਾਸ ਕਰਕੇ ਜਿਹੜਾ ਭਾਰਤੀ মিডিਆ ਤੇ ਇਸ ਟਾਈਮ ਦੇ ਉੱਪਰ ਮੋਦੀ ਆ ਮੋਦੀ ਵਾਲੀ ਜਿਹੜੀ ਸਮਝ ਲਓ ਵੀ ਇੱਕ ਲੌਬੀ ਆ ਉਸ ਟਾਈਮ ਤੇ ਕਾਂਗਰਸ ਸੀ ਹੁਣ ਮੋਦੀ ਆ ਇਹ ਕਹਿੰਦਾ ਤੇ ਜੇ ਆਪਾਂ ਸੁਰੱਖਿਆ ਫੋਰਸਾਂ ਤੇ ਕੋਈ ਗੱਲ ਕਰਦੇ ਆ ਤੇ ਇਹ ਤਾਂ ਉਹਨਾਂ ਦਾ ਹੌਸਲਾ ਢੈਂਦਾ ਹੈ ਤੇ ਇਹ ਤਾਂ ਰਾਸ਼ਟਰ ਵਿਰੋਧੀ ਲੋਕ ਆ ਉਸ ਟਾਈਮ ਤੇ ਵੀ ਇਹ ਗੱਲਾਂ ਹੁੰਦੀਆਂ ਸੀ ਵੀ ਬੀਐਸਐਫ ਦਾੜਾ ਮਨੋਬਲ ਆ ਉਹ ਡਿੱਗਣਾ ਨਹੀਂ ਚਾਹੀਦਾ ਇਹ ਤਾਂ ਖੁਦ ਦੇਖਿਆ ਬਾਅਦ ਦੇ ਵਿੱਚ ਵੀ ਗੁਰਦਾਸਪੁਰ ਦੇ ਵਿੱਚ ਬੀਐਸਐਫ ਵਾਲਿਆਂ ਨੇ ਸ਼ਰੀਆਮ ਇੱਕ ਨੌਜਵਾਨ ਨੂੰ ਗੋਲੀ ਮਾਰੀ ਇਹ ਖੇਮ ਕਰਨ ਲਾਕੇ ਦੇ ਵਿੱਚ ਵੀ ਇੱਕ ਕਹਾਣੀ ਮੈਨੂੰ ਹੋਣ ਕਿਸੇ ਬੰਦੇ ਨੇ ਦੱਸੀ ਵੀ ਜਦੋਂ ਖੇਤਾਂ ਦੇ ਵਿੱਚ ਕਿਸਾਨ ਕੰਮ ਕਰਨ ਜਾਂਦੇ ਸੀ ਬੀਐਸਐਫ ਵਾਲੇ ਕਹਿੰਦੇ ਸੀ ਵੀ ਪਹਿਲਾਂ ਸਾਡਾ ਪਾਣੀ ਭਰੋ ਸਾਡੇ ਘੜਿਆਂ ਦੇ ਵਿੱਚ ਪਾਣੀ ਭਰੋ ਜੇ ਕਿਸਾਨ ਨੇ ਕੋਈ ਵਿਰੋਧਤਾ ਕਰਤੀ ਵੀ ਅਸੀਂ ਤਾਂ ਮਸਾਂ ਆਪਣੇ ਖੇਤਾਂ 'ਚ ਕੰਮ ਕਰਨ ਚਾਹੀਏ ਆ ਤੁਹਾਡਾ ਪਾਣੀ ਕਿੱਦਾਂ ਭਰੀਏ ਵੀ ਇਹ ਤੁਹਾਡੀ ਡਿਊਟੀ ਹੈ ਤੁਸੀਂ ਆਪਣਾ ਕੰਮ ਕਰੋ ਉਦੋਂ ਵੀ ਦੋ ਨੌਜਵਾਨ ਇਕੱਠੇ ਕੋ ਖੇਮ ਕਰਨ ਦੇ ਲੱਗੇ ਉਹਨਾਂ ਨੂੰ ਸ਼ਰੇਆਮ ਗੋਲੀ ਮਾਰੀ ਇੱਕ ਦੀ ਮੌਤ ਹੋ ਗਈ ਦੂਜਾ ਬੰਦਾ ਜਿਹੜਾ ਰੇਂਕ ਕੇ ਵਾਪਸ ਉਹਨੇ ਆਣ ਕੇ ਤੇ ਖੇਮ ਕਰਨੇ ਲੱਗੇ ਸਾਰੇ ਆਪਣੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਵੀ ਆ ਘਟਨਾ ਹੋਈ ਹੈ। ਉਹਦਾ ਕਾਰਨ ਇਹੀ ਸੀ ਕਿ ਉਹ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਹਾਂਜੀ ਹਾਂਜੀ। ਹਾਂ। ਕਿਉਂਕਿ ਉਹ ਤਾਂ ਲੋਕ ਇੱਕ ਕਈ ਵਾਰੀ ਗੱਲ ਕਰ ਦਿੰਦੇ ਵੀ ਇਹ ਤਾਂ ਹਥਿਆਰਬੰਦ ਲੋਕ ਆ ਉਹਨਾਂ ਦੀ ਗੱਲ ਤਾਂ ਬਿਲਕੁਲ ਨਹੀਂ ਕਰਨੀ ਬਣਦੀ। ਜਿਹੜੇ ਕਿਸਾਨ ਖੇਤਾਂ 'ਚ ਕੰਮ ਕਰਨੇ ਜਾ ਰਹੇ ਸੀ ਕਈਆਂ ਚੁੱਕ ਕੇ ਜਾਂ ਹੋਰ ਦਾਤਰੀਆਂ ਰੰਬੇ ਉਹਨਾਂ ਦੇ ਕੋਲ ਹੁੰਦੇ ਸੀ। ਉਹ ਬੰਦੇ ਕਿਹੜੇ ਕੋਈ ਸੰਘਰਸ਼ ਦੇ ਵਿੱਚ ਜਾਂ ਕੋ ਹਥਿਆਰਬੰਦ ਸੀ ਉਹਨਾਂ ਦਾ ਉਹ ਜਦੋਂ ਇੱਕ ਕਿਸਾਨ ਮਾਰਿਆ ਇਹਨਾਂ ਨੇ ਬੀਐਸਐਫ ਨੇ ਉਹਨਾਂ ਦੀਆਂ ਕਈਆਂ ਦੋਨਾਂ ਬੰਦਿਆਂ ਦੀਆਂ ਕਈਆਂ ਇਹਨਾਂ ਨੇ ਛੱਪੜ ਦੇ ਵਿੱਚ ਛੁੱਟਦੀਆਂ ਜੀ ਉਸ ਤੋਂ ਬਾਅਦ ਫਿਰ ਕਈਆਂ ਜਦੋਂ ਬਾਅਦ ਵਿੱਚ ਲੋਕਾਂ ਨੂੰ ਲੱਭੀਆਂ ਤੇ ਉਹ ਪਤਾ ਲੱਗਾ ਵੀ ਇਹ ਤਾਂ ਵਾਕੇ ਹੀ ਵੀ ਇਹ ਬੰਦੇ ਖੇਤ ਕੰਮ ਕਰਨ ਗਏ ਸੀ ਉਸ ਫੋਰਸ ਦੇ ਖਿਲਾਫ ਕੁਝ ਬਣਿਆ ਉਹਨਾਂ ਨੇ ਕੋਈ ਥੋੜਾ ਬਹੁਤਾ ਸ਼ਾਇਦ ਕੋਈ ਮਾਅਵਜਾ ਦਿੱਤਾ ਹੋਵੇ ਪਰਿਵਾਰ ਨੂੰ ਉਹ ਕਿਉਂਕਿ ਮੈਂ ਥੋੜੇ ਦਿਨ ਹੀ ਹੋਏ ਉਹ ਕਹਾਣੀ ਸੁਣੀ ਕਿਉਂਕਿ ਜਦੋਂ ਮੈਂ ਇਹ ਕਹਾਣੀਆਂ ਖਾਲੜਾ ਸਾਹਿਬ ਦੀਆਂ ਪ੍ਰਾਣੀਆਂ ਸੁਣਾਈ ਦੀਆਂ ਨੇ ਜਦੋਂ ਇਲੈਕਸ਼ਨ ਮਹਿੰਮ ਦੇ ਵਿੱਚ ਬਾਰਡਰ ਦੇ ਉੱਤੇ ਜਾ ਕੇ ਉਹ ਫਿਰ ਲੋਕ ਪ੍ਰਾਣੀਆਂ ਕਹਾਣੀਆਂ ਸਾਨੂੰ ਵੀ ਸੁਣਾਉਂਦੇ ਵੀ ਆਹ ਕੁਝ ਵਾਪਰਿਆ ਇਹ ਬੜਾ ਇਹ ਤਸ਼ੱਦਦ ਲੋਕਾਂ ਦਾ ਹੋਇਆ ਲੋਕਾਂ ਨੂੰ ਮਾਰਿਆ ਤੇ ਬੀਐਸਐਫ ਦੇ ਖਿਲਾਫ ਤਾਂ ਕਿਸਾਨ ਹੁਣ ਥੋੜੇ ਜਿਹਾ ਜਾਗਰਤ ਹੋਏ ਕਿਉਂਕਿ ਮੋਬਾਈਲ ਆ ਕੇ ਤੇ মিডিਆ ਦੇ ਵਿੱਚ ਗੱਲਬਾਤ ਹੋ ਜਾਂਦੀ ਉਸ ਟਾਈਮ ਤੇ ਲੋਕਾਂ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਸੀ ਤੇ ਬੜਾ ਤਸ਼ੱਦਦ ਬੀਐਸਐਫ ਕਰਦੀ ਪਈ ਜੀ ਤੁਹਾਡੀ ਗੱਲ ਨੂੰ ਰੋਕ ਕੇ ਇੱਥੇ ਇਹ ਪੁੱਛਣਾ ਚਾਹੁੰਦਾ ਮੈਂ ਆਸ ਕਰਦਾ ਤੁਸੀਂ ਸਹਿਮਤ ਹੋਵੋਗੇ ਕਿ ਜਿਹੜੀਆਂ ਤਸ਼ੱਦਦ ਦੀਆਂ ਹਜ਼ਾਰਾਂ ਕਹਾਣੀਆਂ ਹੋਣਗੀਆਂ ਜਿਹੜੀਆਂ ਸਾਹਮਣੇ ਨਹੀਂ ਆ ਸਕੀਆਂ ਹਾਂਜੀ ਹਾਂਜੀ ਹਜ਼ਾਰਾਂ ਤੋਂ ਵੀ ਜ਼ਿਆਦਾ ਹੋਣਗੀਆਂ ਹਾਂ ਹਾਂ ਨਹੀਂ 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 ਬਿਲਕੁਲ ਨਹੀਂ ਆਈਆਂ ਇਹ ਤਾਂ ਖਾਲੜਾ ਸਾਹਿਬ ਤਾਂ ਇਹ ਵੀ ਦੱਸਦੇ ਸੀ ਕਿ ਜਿਹੜਾ ਉਹਨਾਂ ਨੇ ਕੈਲਕੂਲੇਟ ਕੀਤਾ ਪੱਟੀ ਤਰਨਤਾਰਨ ਤੇ ਅਮਰਸਰ ਦੇ ਜਿਹੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਇਹਨਾਂ ਹਲਾਛਾਂ ਨੂੰ ਉਹਨਾਂ ਨੇ ਮਲਟੀਪਲਾਈ ਕਰ ਲਿਆ ਸਾਰੇ ਪੰਜਾਬ ਤੇ ਜਿੱਥੇ ਜ਼ਿਆਦਾ ਇਹ ਘਾਣ ਹੋਇਆ ਪੁਲਿਸ ਤਸ਼ੱਦਦ ਦਾ ਇਹ ਤਾਂ ਖਾਲੜਾ ਸਾਹਿਬ ਨੇ ਕੈਲਕੂਲੇਟ ਕੀਤਾ ਵੀ 25000 ਇਸ ਤੋਂ ਵੀ ਅੱਗੇ ਉਹ ਕਹਿੰਦੇ ਸੀ ਵੀ ਜਿਹੜੀ ਦਰਿਆਵਾਂ ਤੇ ਨਹਿਰਾਂ 'ਚ ਸੁੱਟਿਆ ਗਿਆ ਉਹ ਉਹਦਾ ਤਾਂ ਕੋਈ ਕੈਲਕੂਲੇਸ਼ਨ ਨਹੀਂ ਹੈ ਨੀਗੀ ਇਹਦੇ ਤਸ਼ੱਦਦ ਦੇ ਨਾਲ ਹੀ ਇੱਕ ਹੋਰ ਮੈਂ ਤੁਹਾਨੂੰ ਕਹਾਣੀ ਜਿਤਨਾ ਇਹ ਜਿਹੜੀ ਖਾਰੜਾ ਸਾਹਿਬ ਦੇ ਨਾਲ ਵੀ ਜੋ ਕਹਾਣੀ ਬੀਤੀ ਆ ਉਹ ਵੀ ਮੈਨੂੰ ਯਾਦ ਆ ਗਈ। ਉਹ ਉਸੇ ਤੇ ਆਉਣ ਲੱਗਾ ਸੀ। ਜੋ ਤਸ਼ੱਦਦ ਖਾਰੜਾ ਸਾਥ ਤੇ ਹੋਇਆ। ਹਾਂ ਹਾਂ ਉਹ ਤਾਂ ਪਹਿਲਾਂ ਤਾਂ ਜਿਹੜਾ ਕੁਲਦੀਪ ਸਿੰਘ ਬਚੜੇ ਐਸਪੀ ਉਹ ਸੀ ਨੌਕਰੀ ਕਰਦਾ ਸੀ ਡੀਐਸਪੀ ਜਸਪਾਲ ਸਿੰਘ ਦੇ ਨਾਲ ਚਭਾਲ ਚ। ਉਹ ਜਦੋਂ ਮੈਦਾਨ ਦੇ ਵਿੱਚ ਆਇਆ ਉਹਨੂੰ ਪਤਾ ਲੱਗਾ ਵੀ ਇਹ ਖਾਰੜਾ ਸਾਹਿਬ ਦਾ ਜਿਹੜਾ ਕੇਸ ਚੱਲ ਰਿਹਾ ਹੈ। ਉਹਨੇ ਫਿਰ ਆਣ ਕੇ ਸਾਡੇ ਨਾਲ ਜਦੋਂ ਸੰਪਰਕ ਕੀਤਾ ਫਿਰ ਮੈਂ ਵੀ ਗਵਾਹੀ ਦੇਣੀ ਚਾਹਣਾ। ਜੀ ਤੇ ਉਹਨੇ ਜਿਹੜੀ ਕਹਾਣੀ ਸੁਣਾਈ ਉਹ ਫਿਰ ਸਾਨੂੰ ਇਹ ਕਹਿੰਦਾ ਸੀ ਕਹਿੰਦੇ ਸੀ ਵੀ ਤੁਸੀਂ ਖਾਲੜਾ ਸਾਹਿਬ ਦੇ ਦੋਸਤ ਹੈਗੇ ਠੀਕ ਆ ਪਰ ਕਹਿੰਦਾ ਵੀ ਆਖਰੀ ਸਾਥੀ ਜਿਹੜਾ ਹੈ ਖਾਲੜਾ ਸਾਹਿਬ ਦਾ ਮੈਂ ਆ ਅੱਛਾ ਉਹ ਤਾਂ ਕੁਲਦੀਪ ਸਿੰਘ ਬਜੜਾ ਕਹਿੰਦਾ ਸੀ ਕਹਿੰਦੇ ਸੀ ਵੀ ਜਦੋਂ ਕੋਈ ਉਹਨਾਂ ਦੇ ਅੰਗ ਕੰਮ ਨਹੀਂ ਕਰਦੇ ਬਾਥਰੂਮ ਟਾਇਲਟ ਦੇ ਵਿੱਚ ਜਾ ਕੇ ਕਹਿੰਦਾ ਵੀ ਮੈਂ ਸਹਾਰਾ ਦੇ ਕੇ ਮੋਢਿਆਂ ਆਪਣੇ ਦਾ ਤੇ ਖਾਲੜਾ ਸਾਹਿਬ ਨੂੰ ਟਾਇਲਟ ਬਾਥਰੂਮ ਜਾਣਾ ਤੇ ਰੋਟੀ ਆਪਣੇ ਹੱਥਾਂ ਨਾਲ ਖਵਾਈ ਆ ਉਹ ਟਾਈਮ ਦੇ ਖਾਲੜਾ ਸਾਹਿਬ ਦੇ ਹੱਥ ਵੀ ਮੂੰਹ ਤੱਕ ਨਹੀਂ ਸੀ ਆਉਂਦੇ ਇਹ ਕਹਾਣੀ ਜਦੋਂ ਸੁਣਦੇ ਆ ਸੁਣਾਉਂਦੇ ਆ ਤੇ ਐ ਲੱਗਦਾ ਵੀ ਇਹ ਕਿੱਡਾ ਕਟਿਆ ਭਾਰਤੀ ਹਕੂਮਤ ਦਾ ਕੇਪੀਐਸ ਗਿੱਲ ਤੱਕ ਹਾਂ ਕੀ ਹਾਲ ਵੀ ਉਹ ਮੂੰਹ ਤੱਕ ਆ ਹੀ ਨਹੀਂ ਰਹੀਆਂ ਇਹ ਕਹਾਣੀ ਫਿਰ ਹੋਣ ਇੱਕ ਦਿਨ ਜਦੋਂ ਇਲੈਕਸ਼ਨ ਮਹਿੰਮ ਦੇ ਵਿੱਚ ਅਸੀਂ ਜਾ ਰਹੇ ਹਾਂ ਤੇ ਇਹ ਕੋਈ 4-5 ਦਿਨ ਦੀ ਗੱਲ ਆ ਇੱਕ ਸਾਬਕਾ ਪੁਲਿਸ ਅਫਸਰ ਉਹਨੇ ਆਪਣੇ ਤੌਰ ਤੇ ਕਹਾਣੀ ਸੁਣਾਈ ਜਦੋਂ ਉਹ ਬੀਬੀ ਖਾਲੜਾ ਦੀ ਹਮਾਇਤ ਦੇ ਵਿੱਚ ਸਟੇਜ ਤੋਂ ਬੋਲ ਰਿਹਾ ਉਹ ਕਹਿੰਦਾ ਵੀ ਵਲਟੋਏ ਥਾਣੇ ਦੇ ਵਿੱਚ ਜਦੋਂ ਖਾਲੜਾ ਸਾਹਿਬ ਨੂੰ ਸਤਨਾਮ ਸਿੰਘ ਨਾਂ ਦਾ ਪੁਲਿਸ ਅਫਸਰ ਬਕਾਇਦਾ ਕੇਸ ਦੇ ਵਿੱਚ ਆਉ ਹੁਣ ਸਜ਼ਾ ਭੁਗਤ ਰਿਹਾ ਸਤਨਾਮ ਸਿੰਘ ਜੀ ਉਹ ਇੰਟਰੋਗੇਟ ਕਰ ਰਿਆ ਸੀ ਤੇ ਖਾਲੜਾ ਸਾਹਿਬ ਸਿਰਫ ਇੰਨਾ ਹੀ ਅੱਗੋਂ ਬੋਲਦੇ ਸੀ ਵੀ ਸਤਗੁਰ ਦੇ ਬਾਣੇ ਚ ਹੋ ਰਿਹਾ ਉਹਨੂੰ ਉਸ ਜਿਹੜਾ ਪੁਲਿਸ ਅਫਸਰ ਸਾਰੇ ਲੋਕਾਂ ਨੇ ਸੁਣਿਆ ਕਿਸੇ ਨੂੰ ਨਹੀਂ ਚੇਤਾ ਹੋਣਾ ਵੀ ਉਹਨੇ ਖਾਲੜਾ ਸਾਹਿਬ ਦੀ ਕਹਾਣੀ ਸੁਣਾਈ ਆ ਤੇ ਮੈਂ ਉਸੇ ਅਫਸਰ ਨੂੰ ਬਾਅਦ ਦੇ ਵਿੱਚ ਜਦੋਂ ਪੁੱਛਿਆ ਵੀ ਇਹ ਕਹਾਣੀ ਤੁਸੀਂ ਬਚੜੇ ਦੀ ਖਬਰਾਂ ਚ ਪੜ ਕੇ ਸੁਣਾ ਰਹੇ ਜਿਵੇਂ ਜਾਂ ਤੁਸੀਂ ਅੱਖੀ ਵੇਖੀ ਆ ਉਹ ਕਹਿੰਦੀ ਵੀ ਅੱਖੀ ਨਹੀਂ ਵੇਖੀ ਪਰ ਜਿਨ ਨੇ ਅੱਖੀ ਵੇਖੀ ਉਹਨੇ ਕਹਿੰਦਾ ਮੈਨੂੰ ਦੱਸਿਆ ਵੀ ਜਦੋਂ ਖਾਲੜਾ ਸਾਹਿਬ ਦੇ ਤਸ਼ੱਦਦ ਹੁੰਦਾ ਸੀ ਤੇ ਉਹ ਇਹੀ ਕਹਿੰਦਾ ਸੀ ਵੀ ਸਤਗੁਰ ਦੇ ਬਾਣੇ ਦੇ ਵਿੱਚ ਤੇ ਮੈਂ ਫਿਰ ਉਸ ਪੁਲਿਸ ਅਫਸਰ ਨੂੰ ਦੱਸਿਆ ਮੈਂ ਕਿਹਾ ਵੀ ਸਾਡਾ ਤਾਂ ਦੋਸਤ ਸੀ ਤੇ ਹੁਣ ਸਾਰੇ ਲੋਕਾਂ ਦਾ ਦੋਸਤ ਬਣ ਗਿਆ ਜਿਸਵੰਤ ਖਾਲੜਾ ਤੇ ਮੈਂ ਕਿਹਾ ਵੀ ਕਿਤੇ ਜੇ ਸਵੰਤ ਸਿੰਘ ਡੋਲੇ ਤਾਂ ਨਹੀਂ ਕਿਤੇ ਇਹ ਗੱਲ ਜਦੋਂ ਮੈਂ ਉਹਨੂੰ ਪੁੱਛੀ ਤੇ ਉਹਨੇ ਕਿਉਂਕਿ ਮੈਨੂੰ ਇਹ ਜਿਹੇ ਦਾ ਡਰ ਵੀ ਕਈ ਵਾਰੀ ਹੁੰਦਾ ਹੈ ਵੀ ਪਤਾ ਨਹੀਂ ਆਖਰੀ ਸਟੇਜ ਦੇ ਉੱਪਰ ਕੀ ਕੀਤਾ ਉਹਨਾਂ ਨੇ ਕਿਦਾਂ ਕੀ ਐਂਡ ਕੀ ਹੋਇਆ ਪਰ ਜਦੋਂ ਉਹਨੇ ਇਹ ਗੱਲ ਮੈਨੂੰ ਦੱਸੀ ਵੀ ਖਾਲੜਾ ਸਾਹਿਬ ਬਿਲਕੁਲ ਨਹੀਂ ਡੋਲੇ ਉਦੋਂ ਇੰਨਾ ਮਨ ਖੁਸ਼ ਵੀ ਹੋਇਆ ਤੇ ਫਖਰ ਵੀ ਹੋਇਆ ਵੀ ਜੋ ਗੱਲਾਂ ਖਾਲੜਾ ਸਾਹਿਬ ਸਾਨੂੰ ਕਹਿੰਦੇ ਸੀ ਕਹਿੰਦੇ ਸੀ ਵੀ ਮੌਤ ਤੋਂ ਡਰ ਲਾ ਦੋ ਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਡਰਾ ਨਹੀਂ ਸਕਦੀ ਤੇ ਇਹ ਜਦੋਂ ਹੁਣ ਕੰਗ ਥਾਣੇ ਦੇ ਵਿੱਚ ਪਹਿਲਾਂ ਤਾਂ ਹੀ ਸਮਝਦੇ ਸੀ ਚੁਭਾਲ ਥਾਣੇ ਦੇ ਵਿੱਚ ਹੋਰ ਵੀ ਥਾਣੇ ਸਰਿਆਲੀ ਥਾਣੇ ਦੇ ਵਿੱਚ ਦੇਖੋ ਇਹ ਜਲਾਦ ਲੋਕ ਆ ਜਿਹੜਾ ਸਰਿੰਦਰਪਾਲ ਸਿੰਘ ਸਰਿਆਲੀ ਥਾਣੇ ਦਾ ਇੰਚਾਰਜ ਜਸਵੀਰ ਸਿੰਘ ਉਸ ਟਾਈਮ ਤੇ ਭਾਵੇਂ ਮਾਨੋਚਾਲ ਸੀ ਪਰ ਬਿਲਕੁਲ ਸਾਡੀ ਪਿੰਡ ਦੇ ਨਾਲ ਉਹਦਾ ਭੱਗੂਪੁਰ ਪਿੰਡ ਆ ਜੀ ਇਹ ਲੋਕ ਹੁਣ ਜਦੋਂ ਵਾਪਸ ਜੇਲ੍ਹ ਤੋਂ ਬਾਅਦ ਆਉਣਗੇ ਰਿਟਾਇਰ ਹੋਣਗੇ ਲੋਕਾਂ ਨੇ ਪੁੱਛਣਾ ਇਹਨਾਂ ਨੂੰ ਵੀ ਖਾਰੜਾ ਸਾਹਿਬ ਦੇ ਤਾਂ ਮੇਲੇ ਲੱਗਦੇ ਪਿਆ ਤੇ ਤੁਸੀਂ ਦੱਸੋ ਕਹਾਣੀ ਤੇ ਹੋ ਸਕਦਾ ਜਿ ਤਰ੍ਹਾਂ ਪਿੰਡ ਜੀ ਪਰਮਜੀਤ ਕੌਰ ਖਾਲੜਾ ਇਹ ਵੀ ਕਹਿੰਦੇ ਵੀ ਜਦੋਂ ਕਿਤੇ ਬਾਹਰ ਹੋ ਸਕਦਾ ਉਹਨਾਂ ਦੀ ਜਮੀਰ ਜਾਗੇ ਤੇ ਉਹ ਸੱਚੀ ਮੂਚੇ ਲੋਕਾਂ ਨੂੰ ਕਹਾਣੀਆਂ ਸੁਣਾ ਕੇ ਤੇ ਆਪਦਾ ਪਛਤਾਵਾ ਵੀ ਤੇ ਆਪਦੇ ਮਨ ਤੋਂ ਭਾਰ ਵੀ ਲਾ ਸਕਦੇ ਆ ਹੁਣ ਮੈਂ ਤਾਂ ਦੇਖਿਆ ਜਦੋਂ ਸਰੰਦ ਮੈਂ ਆਖਰੀ 3 ਸਾਲ ਜਿਹੜੀ ਫਤਿਹਗੜ੍ਹ ਸਾਹਿਬ ਤੇ ਪਟਿਆਲੇ ਨੌਕਰੀ ਕੀਤੀ ਉੱਥੇ ਜਦੋਂ ਦੇਖਾ ਜਾ ਕੇ ਵੀ ਬੰਦਾ ਬਹਾਦਰ ਛੋਟੇ ਸਹਿਬ ਜਾਦੇ ਮਾਤਾ ਗੁਜਰੀ ਦੇ ਤਾਂ ਥਾਂ ਥਾਂ ਜਿਹੜੇ ਕਹਿ ਲੋ ਕਿ ਝੰਡੇ ਝੁਲਦੇ ਆ ਗੁਰਦਾਰੇ ਬਣੇ ਆ ਦੇ ਉੱਥੇ ਵਜ਼ੀਰ ਖਾਂ ਨੂੰ ਕੋਈ ਜਾਣਦਾ ਤੱਕ ਨਹੀਂ ਜੇ ਕੋਈ ਜਾਣਦਾ ਆ ਤੇ ਇੱਕ ਬਦੀ ਦਾ ਪਾਤਰ ਆ ਜਿਹੜਾ ਵਜ਼ੀਰ ਖਾਂ ਆ ਇਹ ਹੀ ਗੱਲ ਹੁਣ ਜਦੋਂ ਖਾਰੜਾ ਸਾਹਿਬ ਦੀਆਂ ਕਹਾਣੀਆਂ ਆਪਾਂ ਸੁਣਦੇ ਸੁਣਾਉਂਦੇ ਪਏ ਆ ਤੇ ਜਿਹੜੀ ਪਰਸ ਚੌਥ ਜਿਹੜੀ ਉਸ ਅਫਸਰ ਦੀ ਖੁਦ ਮੈਂ ਕੰਨਾਂ ਨਾਲ ਜਦੋਂ ਗੱਲ ਸੁਣੀ ਆ ਤੇ ਉਸ ਟਾਈਮ ਦੇ ਉੱਪਰ ਬੜਾ ਮਨ ਨੂੰ ਇੱਕ ਦੁੱਖ ਵੀ ਹੁੰਦਾ ਵੀ ਇੱਕ ਵਿਦਵਾਨ ਬੰਦਾ ਸੰਤ ਸਿਪਾਹੀ ਦਾ ਰੂਪ ਸੀ ਜਿਸ ਵਾਂਸੇ ਖਾਰੜਾ ਪੁਲਿਸ ਵਾਲੇ ਤਾਂ ਸਮਝਦੇ ਹੋਣਗੇ ਵੀ ਆਹ ਬੰਦਾ ਆ ਉਹ ਆਮ ਬੰਦਾ ਨਹੀਂ ਸੀ ਹੈਗਾ ਉਹ ਤਾਂ ਇੱਕ ਕਹਿ ਲਓ ਭੀ ਰੱਬ ਨੇ ਸਪੈਸ਼ਲੀ ਇੱਕ ਲੋਕਾਂ ਦਾ ਦਰਦ ਉਹਦੇ ਤੇ ਸਮਝ ਲਓ ਭੀ ਇੱਕ ਜੋ ਕਹਾਣੀ ਲੋਕਾਂ ਦੇ ਦਰਦ ਦੀ ਉਹ ਲੋਕਾਂ ਨੂੰ ਸੁਣਾਉਣ ਵਾਸਤੇ ਤੇ ਇਹੋ ਜਿਹਾ ਗੰਦਾ ਸਿਸਟਮ ਠੀਕ ਕਰਨ ਵਾਸਤੇ ਜੋ ਖੜਾੜਾ ਸਾਹਿਬ ਉਹਨਾਂ ਦਾ ਮੇਨ ਕੰਮ ਆ ਸੀ ਤੇ ਇਹ ਦੇਖੋ ਕਿੱਡੇ ਘਟਿਆ ਇਹ ਕੇਪੀਐਸ ਗੱਲ ਤੇ ਨਾਲ ਉਹਦੇ ਪਿਛਲੇ ਪਾਸੇ ਜਿਤਨਾ ਖਾਲੜਾ ਸਾਹਿਬ ਕਹਿੰਦੇ ਸੀ ਵੀ ਇੱਕ ਜਿਹੜੀ ਭਾਰਤੀ ਇੱਕ ਸਮਝ ਲਓ ਵੀ ਇੱਕ ਖਾਸ ਆ ਭਾਰਤੀ ਹਕੂਮਤ ਦਾ ਹਿੰਦੂ ਤਵੀਤ ਭਾ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ ਉਹਨਾਂ ਦੇ ਖਿਲਾਫ ਆ ਤੇ ਉਸ ਟਾਈਮ ਦੇ ਉੱਪਰ ਜਦੋਂ ਖਾਲੜਾ ਸਾਹਿਬ ਨੇ ਚੁੱਕਿਆ ਇੱਕ ਖਾਲੜਾ ਸਾਹਿਬ ਪੰਜਾਬ ਦੇ ਜਾਂ ਹਿੰਦੁਸਤਾਨੀ ਨਹੀਂ ਸੀ ਇਹ ਤਾਂ ਇੱਕ ਇੰਟਰਨੈਸ਼ਨਲ ਪਰਸਨੈਲਿਟੀ ਬਣ ਚੁੱਕੀ ਸੀ ਤੇ ਉਸ ਟਾਈਮ ਤੇ ਦੇਖੋ ਵੀ ਕੇ ਪੀ ਐਸ ਗਿੱਲ ਤੇ ਜਿਹੜਾ ਉਸ ਟਾਈਮ ਤੇ ਭਾਰਤੀ ਤੇ ਸਮਝ ਲਓ ਵੀ ਭਾਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ ਤੋਂ ਵਿਗਾਂ ਰਾ ਦੇ ਜਿਹੜੇ ਇਨਚਾਰਜ ਆ ਉਹਨਾਂ ਸਾਰਿਆਂ ਨੂੰ ਪਤਾ ਸੀ ਵੀ ਖਾੜਾ ਸਾਹਿਬ ਦੇ ਨਾਲ ਕੀ ਹੋ ਰਿਹਾ ਤੇ ਉਹ ਆਪ ਵਿੱਚ ਇਨਵੋਲਵ ਸੀ ਇਸ ਗੱਲ ਤੇ ਕਿਉਂਕਿ ਜੇ ਭਾਰਤੀ ਏਜੰਸੀਆਂ ਖਾਸ ਕਰਕੇ ਰਾ ਜਾਂ ਹੋਰ ਕਹਿ ਲਓ ਆਈਬੀ ਆਪਾਂ ਕਹਿੰਦੇ ਆ ਆਈਬੀ ਦੇ ਤਾਂ ਅਫਸਰ ਵੀ ਇੱਕ ਇੱਕ ਦਿਨ ਪਹਿਲਾਂ ਖਾੜਾ ਸਾਹਿਬ ਨੂੰ ਮਿਲ ਕੇ ਗਏ ਜੀ ਇਹ ਵੀ ਕਹਾਣੀ ਪਤਾ ਨਹੀਂ ਆਈ ਕਿ ਨਹੀਂ ਆਈ ਉਹ ਜਿਹੜੇ ਆਈਬੀ ਦੇ ਅਫਸਰ ਅੰਮ੍ਰਿਤਸਰ ਮਿਲ ਕੇ ਗਏ ਹੋ ਸਕਦਾ ਹੈ ਤੇ ਉਹ ਖਾਲੜਾ ਸਾਹਿਬ ਤੋਂ ਪੁੱਛ ਨਹੀਂ ਆਏ ਹੁਣ ਵੀ ਤੁਹਾਡਾ ਭਲਕਦਾ ਪ੍ਰੋਗਰਾਮ ਕਿੱਥੇ ਆ ਕਿੱਦਾਂ ਆ ਇਹ ਵੀ ਸਾਨੂੰ ਡਾਊਟ ਆ ਤੇ ਜਦੋਂ ਖਾਲੜਾ ਸਾਹਿਬ ਨੇ ਦੱਸਿਆ ਹੋਵੇਗਾ ਵੀ ਕੱਲ 6 ਸਤੰਬਰ ਨੂੰ ਵੀ ਅਸੀਂ ਇੱਥੋਂ 9 ਸਵੇਰ ਨੂੰ ਪੱਟੀ ਲਾ ਕੇ ਦੇ ਵਿੱਚ ਜਾਣਾ ਬਾਰਡਰ ਦੇ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਣੀਆਂ ਹੋ ਸਕਦਾ ਵੀ ਪੁਲਿਸ ਨੂੰ ਉਹਨਾਂ ਨੇ ਦੱਸਿਆ ਹੋਵੇ ਵੀ ਖਾਲੜਾ ਸਾਹਿਬ ਬਿਲਕੁਲ 9 ਵਜੇ ਸਵੇਰੇ 6 ਸਤੰਬਰ ਨੂੰ 95 ਨੂੰ ਵੀ ਆਪਣੇ ਘਰ ਹੀ ਤੁਹਾਨੂੰ ਮਿਲ ਜਾਣਗੇ ਸੌਖਾ ਕੰਮ ਹੋਵੇਗਾ ਵੀ ਉੱਥੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਗ੍ਰਿਫਤਾਰ ਕਰਦਾ ਵੀ ਧੱਕੇ ਨਾਲ ਗਵਾਹ ਕਰਕੇ ਲਗਾ ਸ਼ਰੀਆਮ ਆਮ ਲੋਕਾਂ ਨੇ ਜਦੋਂ ਦੇਖਿਆ ਸਾਰੀ ਕਹਾਣੀ ਤਾਂ ਬਿਲਕੁਲ ਨਵੀਂ ਆ ਕੋਈ ਲੁਕੀ-ਛਿਪੀ ਹੈ ਨਹੀਂ ਫਿਰ ਦੇਖੋ ਇੱਥੇ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਜਸਪਾਲ ਸਿੰਘ ਉਹਨਾਂ ਦੇ ਫਰੂਟ ਦੀ ਦੁਕਾਨ ਆ ਜੀ ਉਹ ਵੀ ਵੇਖਣ ਨੂੰ ਪੰਥਕ ਲੱਗਦੇ ਪਿਆ ਪਰ ਜਦੋਂ ਅਸੀਂ ਪਟਿਆਲੇ ਅਦਾਲਤ ਦੇ ਵਿੱਚ ਦੇਖਿਆ ਉੱਥੇ ਮੈਂ ਤਾਂ ਨੌਕਰੀਦਾਰਣ ਵੀ ਕਈ ਜਿਹੜਿਆ ਆਣਾ-ਬਾਣਾ ਲਾ ਕੇ ਤੇ ਉੱਥੇ ਜਾਣਾ ਪੈਂਦਾ ਸੀ ਜਦੋਂ ਪੀ ਆਪਣੇ ਕਿਸੇ ਦੋਸਤ ਦੀ ਤਰੀਕ ਹੋਵੇ ਤੇ ਮੈਂ ਆਪਣੀ ਨੌਕਰੀ ਕਰਦਾ ਫਿਰਾਂ ਇਹ ਵੀ ਮਨ ਨੂੰ ਨਹੀਂ ਸੀ ਇਹ ਲੱਗਦਾ ਸੀ ਪੀ ਇਹ ਘੱਟੋ ਘੱਟ ਅਸੀਂ ਹੋਰ ਨਹੀਂ ਕੁਝ ਕਰਨਾ ਤੇ ਤਰੀਕ ਦੇ ਉੱਪਰ ਤਾਂ ਜਾਈਏ ਉੱਥੇ ਜਸਪਾਲ ਸਿੰਘ ਨਾਂ ਦਾ ਜਦੋਂ ਬੰਦਾ ਦੇਖਿਆ ਤੇ ਉਹ ਮੈਨੂੰ ਕਿਸੇ ਨੇ ਦੱਸਿਆ ਪੀ ਜਸਪਾਲ ਸਿੰਘ ਜਿੰਨੇ ਗਵਾਹੀ ਦਿੱਤੀ ਆ ਪੀ ਇੱਥੇ ਕੋਈ ਪੁਲਿਸ ਅਫਸਰ ਨਹੀਂ ਆਇਆ ਅੱਛਾ 6 ਸਤੰਬਰ 1995 ਨੂੰ 9 ਵਜੇ ਦੇ ਲਗਭਗ ਉਹਦੀ ਗਵਾਹੀ ਪੁਲਿਸ ਵਾਲਿਆਂ ਨੇ ਕਰਵਾਈ ਆ ਤੇ ਉਹਨੇ ਗਵਾਹੀ ਦਿੱਤੀ ਆ ਵੀ ਮੇਰੀ ਦੁਕਾਨ ਆ ਮੇਰੇ ਕੋਲ ਸਾਰੇ ਸਟੂਡੈਂਟ ਆਉਂਦੇ ਆ ਲੋਕ ਆਉਂਦੇ ਆ ਮੈਂ ਕੋਈ ਇੱਥੇ ਪੁਲਿਸ ਵਾਲਾ ਕੋਈ ਇਦਾਂ ਦਾ ਨਹੀਂ ਜਿੱਦਾਂ ਬੀਬੀ ਖਾਲੜਾ ਕਹ ਰਹੀ ਵੀ ਜਦੋਂ ਨੌਕਰੀ ਤੇ ਜਾਣ ਲੱਗੇ ਆ ਜੁਨੀਵਰਸਿਟੀ ਤੱਕ ਪੁਲਿਸ ਹੀ ਪੁਲਿਸ ਹੀ ਦੋਨੋਂ ਪਾਸੇ ਗਲੀ ਤੇ ਉਹ ਦਵਾ ਕੰਡ ਨੂੰ ਝੂਠਾ ਦਰਸਾਉਣ ਆਪਣੇ ਆਪ ਨੂੰ ਤੇ ਸਹੀ ਪੁਲਿਸ ਨੇ ਕਿਉਂਕਿ ਪੁਲਿਸ ਨੇ ਤਾਂ ਬੜੀਆਂ ਕਹਾਣੀਆਂ ਬਣਾਈਆਂ ਵੀ ਅਸੀਂ ਹੇਮਕੁੰਡ ਸਾਹਿਬ ਜਾ ਕੇ ਉੱਥੇ ਰਹੇ ਆ ਉੱਥੇ ਅਸੀਂ ਕਮਰੇ ਬੁੱਕ ਉਹਨਾਂ ਦੀਆਂ ਲਿਸਟਾਂ ਵੀ ਹੋਰ ਗੁਰਦੁਆਰਾ ਗੁਰਧਾਮਾਂ ਦੀਆਂ ਵੀ ਉਹਨਾਂ ਨੇ ਲਿਸਟਾਂ ਲੈਂਦੀਆਂ ਤੇ ਕੁਲਵੰਤ ਸਿੰਘ ਜਾਮ ਉਥੋਂ ਦੇ ਵਾਸੀ ਜਾਂ ਮਾਰੇ ਪਿੰਡ ਦਾ ਜੀ ਉਹਨੂੰ ਵੀ ਛਰਿਆ ਪੁਲਿਸ ਨੇ ਝੂਠੇ ਕੇਸ ਚ ਫਸਾ ਕੇ ਬੇਸ਼ੱਕ ਉਹ ਕੋਈ ਪਤਾ ਲੱਗਾ ਇਹ ਵੀ ਜਿਤਨਾ ਫੀਮ ਖਾਣਾ ਕੋਈ ਗਨਾਹ ਨਹੀਂਗਾ ਹੈਗਾ ਇੱਕ ਦਵਾਈ ਆ ਅਸੀਂ ਹੋਰ ਵੀ ਤਾਂ ਕਿੰਨੀਆਂ ਥੱਬਿਆਂ ਦੇ ਥੱਬੇ ਦਵਾਈਆਂ ਖਾ ਰਹੇ ਆ ਤੇ ਜੇ ਕੋਈ ਬੰਦਾ ਫੀਮ ਖਾ ਰਿਹਾ ਹੈ ਤੇ ਉਹ ਉਹਦੀ ਸਰੀਰ ਦੀ ਲੋਡ ਆ ਜੇ ਕਿਸੇ ਨੂੰ ਲੱਗ ਗਈ ਉਹਨੂੰ ਲੱਗ ਗਈ ਆ ਤੇ ਉਸ ਬੰਦੇ ਨੂੰ ਪੁਲਿਸ ਨੇ ਪਹਿਲਾਂ ਫੜਿਆ ਆ ਕੋਈ 3 ਸਤੰਬਰ ਤੋਂ ਤੇ ਉਹਦੇ ਤੇ ਕਿ ਇਸ ਇਹਨਾਂ ਨੇ ਝੂਠਾ ਪਾ ਦਿੱਤਾ ਵੀ ਇਹਦੇ ਤੋਂ ਅਸੀਂ ਕਿਲੋ ਫੀਮ ਫੜੀ ਆ 6 ਸਤੰਬਰ ਨੂੰ ਜੀ ਪੁਲਿਸ ਨੇ ਇਹ ਵੀ ਦੇਖੋ ਘਟੀਆ ਕੰਮ ਕੀਤਾ ਵੀ ਉਸ ਬੰਦੇ ਦੇ ਉੱਪਰ ਬੜਾ ਜ਼ਬਰਦਸਤ ਕੇਸ ਪਵਾਤਾ ਵੀ ਕੁਲਵੰਤ ਸਿੰਘ ਜਾਂ ਮਾਰਿਆ ਨੂੰ ਅਸੀਂ 9 ਤਰੀਕ ਨੂੰ ਫੜਿਆ ਐਸ ਨਾਕੇ ਤੋਂ ਤਾਂ ਕਿ ਇਹ ਪੁਲਿਸ ਸੀਬੀਆਈ ਜਦੋਂ ਪੜਤਾਲ ਕਰ ਰਹੀ ਆ ਤੇ ਅਸੀਂ ਉਸ ਪੜਤਾਲ ਦੇ ਵਿੱਚੋਂ ਬਕਾਇਦਾ ਆਪਣੇ ਝੂਠ ਸਾਚ ਜੋ ਆਪਣਾ ਮਾਰ ਕੇ ਤੇ ਸੀਬੀਆਈ ਨੂੰ ਗੁੰਮਰਾਹ ਕਰੀਏ ਪਰ ਸੀਬੀਆਈ ਨੇ ਜਦੋਂ ਕੁਲਵੰਤ ਸਿੰਘ ਨੂੰ ਜੇਲ੍ਹ ਤੋਂ ਜਾ ਕੇ ਪੁੱਛਿਆ ਇਹ ਤੇਨੂੰ ਕਿੰਨੇ ਤਰੀਕ ਨੂੰ ਫੜਿਆ ਤੇ ਜਦੋਂ ਕੁਲਵੰਤ ਸਿੰਘ ਨੇ ਇਹ ਦੱਸਿਆ ਵੀ ਮੈਨੂੰ ਤਾਂ ਤਿੰਨ ਤਰੀਕ ਨੂੰ ਫੜਿਆ ਪੁਲਿਸ ਨੇ ਤੇ ਮੇਰੇ ਤੇ ਕਿੰਨਾ ਫੀਮ ਪਾਤੀ ਆ ਤੇ ਉਸ ਨੂੰ ਸਾਰੇ ਕੇਸਾਂ ਚ ਇਨਵੋਲਵ ਕਰਨ ਦਾ ਕਾਰਨ ਕੀ ਰਿਹਾ ਇਹ ਕੁਲਵੰਤ ਸਿੰਘ ਨੂੰ ਉਹਨੂੰ ਇਹੀ ਵੀ ਇਹ ਸ਼ੋਅ ਕਰਨਾ ਵੀ ਅਸੀਂ 6 ਸਤੰਬਰ ਨੂੰ ਜਿਹੜੇ ਪੁਲਿਸ ਅਫਸਰ ਵਿੱਚ ਨਾਮਜ਼ਦ ਕੀਤੇ ਗਏ ਜਾਂ ਸੱਚੀ ਮੁੱੱਚੀ ਸ਼ਾਮਲ ਸੀ ਤੇ ਉਹਨਾਂ ਨੇ ਇਹ ਕਹਾਣੀ ਬਣਾਈ ਵੀ ਅਸੀਂ 6 ਸਤੰਬਰ ਨੂੰ ਐਸ ਜਗ੍ਹਾ ਦੇ ਉੱਪਰ ਨਾਕਾ ਲਾ ਕੇ ਕੁਲਵੰਤ ਸਿੰਘ ਜਾਮਾ ਰੈ ਨੂੰ ਅਸੀਂ ਫੀਮ ਦੇ ਇਹ ਕੋਈ ਸਮਗਲਿੰਗ ਜਾਂ ਜੋ ਵੀ ਕਰਦਾ ਫੀਮ ਦਾ ਧੰਦਾ ਉਹਦੇ ਵਿੱਚ ਇਹਨੂੰ ਫੜਿਆ ਇਸ ਨਾਕੇ ਤੋਂ ਵੀ ਅਸੀਂ 6 ਸਤੰਬਰ ਨੂੰ ਉੱਥੇ ਕਬੀਰ پارک ਥੋੜਾ ਗਏ ਆ ਯੂਨੀਵਰਸਿਟੀ ਅੰਮ੍ਰਿਤਸਰ ਨਹੀਂ ਅਸੀਂ ਆਪਣੀ ਹਾਜ਼ਰੀ ਲਵਾ ਰਹੇ ਆ ਵੀ ਅਸੀਂ ਐਸ ਨਾਕੇ ਤੇ ਆ ਪਰ ਸੀਬੀਆਈ ਨੇ ਉਹਨਾਂ ਦੀਆਂ ਜਿਹੜੀਆਂ ਝੂਠੀਆਂ ਇਦਾਂ ਦੀਆਂ ਦਲੀਲਾਂ ਸਾਰੀਆਂ ਰੱਦ ਕਰਕੇ ਤੇ ਜੋ ਵੀ ਭਾਰਤੀ ਕਾਨੂੰਨ ਦੇ ਮੁਤਾਬਕ ਜਿੰਨੀ ਸਿੰਘ ਜਮਾ ਰਾਏ ਦਾ ਕੇਸ ਖਾਰਜ ਹੋਇਆ ਉਹਦਾ ਉਹਨੂੰ ਬਕਾਇਦਾ ਉਹਦਾ ਰਿਹਾ ਹੋਇਆ ਜੇਲ੍ਹ ਦੇ ਵਿੱਚੋਂ ਜੀ ਹਾਂ ਇਹ ਕੋਈ ਵੇਖੋ ਉਸ ਬੰਦੇ ਦੀ ਇਹ ਜ਼ਿੰਦਗੀ ਖਰਾਬ ਕਰਤੀ ਉਹਨਾਂ ਦੇ ਕੋ ਪਰਿਵਾਰਕ ਮੈਂਬਰ ਦੀ ਮੌਤ ਵੀ ਹੋ ਗਈ ਉਹਨਾਂ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰਕੇ ਉਸਤੇ ਹਾਂ ਉਹਦੇ ਉੱਪਰ ਕੇਸ ਕੇਸ ਪਾਇਆ ਉਹਦੇ ਉੱਤੇ ਉਹਨੂੰ ਸਜ਼ਾ ਹੋਈ ਬਕਾਇਦਾ ਤੇ ਉਹ ਸਜ਼ਾ ਤਾਂ ਪਤਾ ਨਹੀਂ ਕਿੰਨੀ ਜੋ ਅਦਾਲਤ ਨੇ ਕੀਤੀ ਪਰ ਜਦੋਂ ਸੀਬੀਆਈ ਨੇ ਕਹਿਤਾ ਵੀ ਇਹ ਬਿਲਕੁਲ ਝੂਠਾ ਕੇਸ ਆ ਤੇ ਉਹ ਬੰਦਾ ਫਿਰ ਉਸ ਕੇਸ ਦੇ ਵਿੱਚੋਂ ਬਰੀ ਹੋਇਆ ਜੀ ਆਪਾਂ ਸਾਰੀ ਗੱਲਬਾਤ ਕੀਤੀ ਤੁਹਾਡਾ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਧੰਨਵਾਦ ਦੀਆਂ ਤੁਹਾਡੇ ਕਿ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਸਾਰੀਆਂ ਗੱਲਾਂ ਕੀਤੀਆਂ ਪੰਜਾਬ ਸ਼ੀਲਡ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਰਦਾਰ ਅੰਬਿਆਰ